ਸਾਡੇ ਨਾਲ ਮਨੀਰ ਹੁਸ਼ਿਆਰਪੁਰੀ ਵਾਲਿਆਂ ਦੇ ਪੰਜਾਬ ਪਾਕਿਸਤਾਨ ਤੋਂ ਲਾਈਨ 'ਤੇ ਹਾਜ਼ਰ ਨੇ ਉਹਨਾਂ ਦਾ ਕਰਦੇ ਆਪਾਂ ਸਵਾਗਤ ਅਤੇ ਆਪਾਂ ਲੈਂਦੇ ਹਾਂ ਉਹਨਾਂ ਦੇ ਕੋਲੋਂ ਵੀ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਦਿਨ ਕਿਉਂਕਿ ਉਹਨਾਂ ਦਾ ਜਿਹੜਾ ਉਹਨਾਂ ਦਾ ਜੱਦੀ ਪਿੰਡ ਆ ਬੇਸ਼ੱਕ ਉਹ ਚੜ੍ਹਦੇ ਪੰਜਾਬ ਦੇ ਵਿੱਚ ਆ ਪਰ ਉਹਨਾਂ ਦੇ ਪਿਤਾ ਉਹਨਾਂ ਦੇ ਪੁਰਖੇ ਜਿਹੜੇ ਉਹ ਲਹਿੰਦੇ ਪੰਜਾਬ 'ਚ ਵਸੇ ਸੀ ਮਨੀਰ ਜੀ ਤੁਸੀਂ ਏਅਰ 'ਤੇ ਉਨਿਕਾ ਸਵਾਗਤ ਹੈ ਤੁਹਾਡਾ ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਜੀ ਵਾਲੇਕੁਮ ਅਸਲਾਮ ਔਰ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਔਰ ਰੇਡੀਓ ਮਿਰਚੀ ਦੇ ਦੁਨੀਆ ਭਰ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਅੱਜ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਅੱਜ ਦਾ ਦਿਨ ਸ਼ਹੀਦ ਭਗਤ ਸਿੰਘ ਜਿਹੜੇ ਕਿ ਪੂਰੇ ਦੇਸ਼ ਦੀ ਉਸ ਵਕਤ ਦੀ ਆਜ਼ਾਦੀ ਦੇ ਵਿੱਚ ਜਿਹੜੇ ਕਿ ਹੀਰੋ ਸੀ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਅੱਜ ਦੇ ਦਿਨ ਤੋਂ ਉਹਨਾਂ ਦਾ ਇੱਕ ਅੱਜ 90ਵਾਂ ਇਹ ਜਿਹੜਾ ਦਿਹਾੜਾ ਆ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਉਹਦੇ ਉੱਤੇ ਕਿਉਂਕਿ ਬਹੁਤ ਸਾਰਾ ਬਦਲ ਗਿਆ ਸੰਸਾਰ ਆਜ਼ਾਦੀ ਤੋਂ ਬਾਅਦ ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਪਾਕਿਸਤਾਨ ਭਾਰਤ ਵੰਡਿਆ ਗਿਆ ਅਤੇ ਸ਼ਹਾਦਤਾਂ ਦੇਣ ਵਾਲੇ ਲੋਕ ਵੀ ਵੰਡੇ ਗਏ ਅਤੇ ਬੜਾ ਕੁਛ ਬਦਲ ਗਿਆ ਅੱਜ 70-75 ਸਾਲ ਬਾਅਦ ਕਿਵੇਂ ਦੇਖਦੇ ਨੇ ਪਾਕਿਸਤਾਨ ਦੇ ਵਿੱਚ ਲੋਕ ਸ਼ਹੀਦ ਭਗਤ ਸਿੰਘ ਨੂੰ ਜੀ ਬਹੁਤ ਸ਼ੁਕਰੀਆ ਪਹਿਲੇ ਤਾਂ ਮੈਂ ਆਪਣੇ ਪੂਰੇ ਲਹਿੰਦੇ ਪੰਜਾਬ ਵੱਲੋਂ ਦੁਨੀਆ ਭਰ ਦੇ ਲੋਕਾਂ ਨੂੰ ਭਗਤ ਸਿੰਘ ਸ਼ਹੀਦ ਦਾ ਉਸ ਮੈਸੇਜ ਨੂੰ ਕਨਵੇ ਕਰਨਾ ਚਾਹਾਂਗਾ ਵੀ ਜਿੱਥੇ ਵੀ ਕਿਤੇ ਸਾਮਰਾਜੀ ਤਾਕਤਾਂ ਤੁਹਾਡੇ ਉੱਤੇ ਜ਼ੁਲਮ ਜਬਰ ਕਰਦੀਆਂ ਉਹਨਾਂ ਦੇ ਖਿਲਾਫ਼ ਆਵਾਜ਼ ਚੱਕਣੀ ਚਾਹੀਦੀ ਹੈ ਭਾਵੇਂ ਤੁਹਾਡਾ ਕੋਈ ਵੀ ਰਿਲੀਜਨ ਹੋਵੇ ਜਾਂ ਤੁਹਾਡੀ ਵਿਚਾਰਧਾਰਾ ਤੁਹਾਡੀ ਸੋਚਧਾਰਾ ਕੁਛ ਵੀ ਹੋਵੇ ਤਾਂ ਉਹਨਾਂ ਦੇ ਖਿਲਾਫ਼ ਖੜੇ ਹੋ ਜਾਣਾ ਹੱਕ ਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਕਿਸੇ ਦੇ ਜ਼ੁਲਮ ਔਰ ਜਬਰ ਦੇ ਖਿਲਾਫ਼ ਡਟ ਜਾਣਾ ਇਹੀ ਬਹਾਦਰੀ ਜਵਾਂ ਮਰਦੀ ਔਰ ਹਿੰਮਤ ਦਾ ਕੰਮ ਹੁੰਦਾ। ਦੂਸਰੀ ਗੱਲ ਮੈਂ ਇਹ ਕਰਾਂਗਾ ਕਿ ਭਗਤ ਸਿੰਘ ਸ਼ਹੀਦ ਦੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਬੇਸਿਕਲੀ ਉਹ ਰਹਿਣ ਵਾਲੇ ਜਿਹੜਾ ਇਸ ਟਾਈਮ ਏਰੀਆ ਚੜ੍ਹਦੇ ਪੰਜਾਬ 'ਚ ਹੈ ਉੱਥੋਂ ਦੇ ਸੀ ਲੇਕਿਨ ਜਦੋਂ ਇੱਧਰ ਪਿੰਡਾਂ ਦੀ ਆਬਾਦਕਾਰੀ ਹੋਈ ਤਾਂ ਭਗਤ ਸਿੰਘ ਸ਼ਹੀਦ ਦੀ ਫੈਮਿਲੀ ਆ ਕੇ ਜ਼ਿਲ੍ਹਾ ਲਾਇਲਪੁਰ ਦਾ ਤਹਿਸੀਲ ਹੈ ਜੜ੍ਹਾਂ ਵਾਲਾ ਉਹਦੇ ਨਾਲ ਬਿਲਕੁਲ ਇੱਕ ਪਿੰਡ ਹੈ 105 ਚੱਕ ਬੰਗੇ ਉੱਥੇ ਆ ਕੇ ਉਹ ਆਬਾਦ ਹੋਏ ਔਰ ਦੇਖਿਆ ਜਾਏ ਤਾਂ ਉਹ ਸੰਧੂ ਜੱਟ ਸੀ ਬਾਪੂ ਕਿਸ਼ਨ ਸਿੰਘ ਜੀ ਔਰ ਮਾਤਾ ਵਿਦਿਆਵਤੀ ਜੀ ਦੇ ਘਰ ਆਪ ਜੀ ਦਾ ਜਨਮ ਹੋਇਆ ਔਰ ਆਪ ਜੀ ਕੁਛ 23 ਸਾਲ ਦੀ ਉਮਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਹੰਡਾਈ ਔਰ 23 ਸਾਲ ਦੀ ਉਮਰ ਦੇ ਵਿੱਚ ਹੀ ਉਹ ਕਾਰਨਾਮੇ ਸਰ ਅੰਜਾਮ ਦਿੱਤੇ ਕਿ ਦੁਨੀਆ ਅੱਜ ਹੈਰਾਨ ਹੈ ਕਿ ਇੱਕ 23 ਸਾਲ ਦਾ ਨੌਜਵਾਨ ਔਰ ਉਸ ਵਕਤ ਤੁਸੀਂ ਇੱਕ ਚੀਜ਼ ਨੂੰ ਹੋਰ ਜ਼ਿਹਨ ਦੇ ਵਿੱਚ ਰੱਖਣ ਸਾਡੇ ਸਰੋਤੇ ਕਿ ਜਦੋਂ ਕੋਈ ਮੀਡੀਆ ਇੰਨਾ ਜ਼ਿਆਦਾ ਨਹੀਂ ਸੀ ਕੋਈ ਬਹੁਤ ਜ਼ਿਆਦਾ ਕਮਿਊਨੀਕੇਸ਼ਨ ਦਾ ਲੈਵਲ ਨਹੀਂ ਸੀ ਕੋਈ ਬਹੁਤ ਜ਼ਿਆਦਾ ਨਿਊਜ਼ ਪੇਪਰ ਨਹੀਂ ਸੀ ਜਾਂ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਦਾ ਬਿਲਕੁਲ ਦੌਰ ਨਹੀਂ ਸੀ ਇੱਕ ਮੁੰਡਾ ਪਿੰਡ ਦੇ ਵਿੱਚੋਂ ਉੱਠੇ ਔਰ ਆਪਣੇ ਤੌਰ ਤੇ ਉਹ ਮਾਰਕਸਿਜ਼ਮ ਵੀ ਪੜ੍ਹੇ ਔਰ ਲੈਨਿਨ ਨੂੰ ਵੀ ਪੜ੍ਹੇ ਔਰ ਸਾਰੀ ਇਸ ਚੀਜ਼ ਤੋਂ ਪ੍ਰਭਾਵਿਤ ਹੋ ਜਾਏ ਔਰ ਉਹਨੂੰ ਇਸ ਚੀਜ਼ ਦਾ ਵੀ ਅਹਿਸਾਸ ਹੋਵੇ ਕਿ ਮੇਰੇ ਉੱਤੇ ਬ੍ਰਿਟਿਸ਼ ਸਾਮਰਾਜ ਦਾ ਕਬਜ਼ਾ ਲੇਕਿਨ ਇਹਦੇ ਵਿੱਚ ਅਗਰ ਦੇਖਿਆ ਜਾਏ ਤਾਂ ਇਹ ਚੀਜ਼ ਉਹਨੂੰ ਆਪਣੇ ਘਰ ਤੋਂ ਮਿਲੀ ਸੀ ਉਹਦੇ ਜਿਹੜੇ ਚਾਚਾ ਜੀ ਔਰ ਜਿਹੜੇ ਫਾਦਰ ਜੀ ਸੀ ਇਹ ਗਜ਼ਰ ਪਾਰਟੀ ਦੇ ਯਾਨੀ ਕਿ ਸਰ ਕਢਵੇਂ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਉਹਨਾਂ ਦਾ ਸ਼ੁਮਾਰ ਹੁੰਦਾ ਸੀ ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਵਾਲਾ ਸਾਹਿਬ ਤਾਂ ਇੱਕ ਹੈ ਹੀ ਸੀ ਉਹਦੇ ਨਾਲ ਨਾਲ ਉਹਨਾਂ ਦੇ ਘਰ ਤੋਂ ਜਿਹੜੀ ਉਹਨਾਂ ਦੀ ਸੀ ਉਹਨਾਂ ਨੇ ਦੇਖਿਆ ਘਰ ਦਾ ਇੱਕ ਮਾਹੌਲ ਜਿਹੜਾ ਸੀ ਉਹਦੇ ਤੋਂ ਹੋਇਆ ਤੇ ਇਹ ਪਾਕਿਸਤਾਨ ਦੇ ਵਿੱਚ ਜੜ੍ਹਾਂ ਵਾਲਾ ਜਿਹੜਾ ਲਾਇਲਪੁਰ ਦੀ ਤਹਿਸੀਲ ਹੈ ਉੱਥੇ 105 ਚੱਕ ਬੰਗੇ ਹੈ। ਅੱਜ ਤੋਂ ਮੈਂ ਕਹਾਂਗਾ ਕਿ ਕੁਝ 10-15 ਸਾਲ ਪਹਿਲੇ ਭਗਤ ਸਿੰਘ ਦਾ ਸ਼ਹੀਦੀ ਦਿਹਾੜ ਇੱਦਾਂ ਸੈਲੀਬ੍ਰੇਟ ਨਹੀਂ ਸੀ ਪਾਕਿਸਤਾਨ ਦੇ ਵਿੱਚ ਕੀਤਾ ਜਾਂਦਾ ਜਿੱਦਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਆਉਣ ਦੀ ਵਜ੍ਹਾ ਤੋਂ ਸੈਲੀਬ੍ਰੇਟ ਹੋ ਰਿਹਾ। ਹੁਣ ਤਾਂ ਬਹੁਤ ਹਾਈ ਲੈਵਲ ਦੇ ਉੱਤੇ ਬਲਕਿ ਭਗਤ ਸਿੰਘ ਮੈਮੋਰੀਅਲ ਇੱਕ ਕਮੇਟੀ ਵੀ ਪਾਕਿਸਤਾਨ ਦੇ ਵਿੱਚ ਬਣੀ ਹੋਈ ਹੈ ਇੱਕ ਲਾਇਰ ਹੈ ਇੱਥੋਂ ਦੇ ਲਾਹੌਰ ਦੇ ਉਹਨਾਂ ਨੇ ਬਣਾਈ ਹੋਈ ਹੈ ਔਰ ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਘਰ ਹੈ ਘਰ ਦੇ ਜਿਹੜਾ ਅੱਜ ਕੱਲ੍ਹ ਇੱਕ ਉਸ ਇਲਾਕੇ ਦੀ ਬੜੀ ਪ੍ਰੋਮੀਨੈਂਟ ਪਰਸਨੈਲਿਟੀ ਮੇਰੇ ਬਹੁਤ ਅੱਛੇ ਦੋਸਤ ਹੈ ਸਾਕਬ ਇਕਬਾਲ ਵਿਰਕ ਜੀ ਕੋਲ ਉਹ ਹਵੇਲੀ ਹੈ ਜਿਹੜਾ ਭਗਤ ਸਿੰਘ ਸ਼ਹੀਦ ਦਾ ਘਰ ਹੈ। ਅੱਜ ਵੀ ਉਸ ਘਰ ਦਾ ਬਿਲਕੁਲ ਉਸ ਰੂਮ ਨੂੰ ਓਦਾਂ ਹੀ ਰੱਖਿਆ ਗਿਆ ਆਪਣੀ ਅਸਲੀ ਹਾਲਤ ਵਿੱਚ ਬਿਹਤਰੀਨ ਹਾਲਤ 'ਚ ਜਿੱਦਾਂ ਉਹ ਪਹਿਲੇ ਸੀ। ਭਗਤ ਸਿੰਘ ਦੇ ਹੱਥ ਦਾ ਲੱਗਾ ਹੋਇਆ ਬੇਰੀ ਦਾ ਦਰਖਤ ਅੱਜ ਵੀ ਉੱਥੇ ਮੌਜੂਦ ਹੈ। ਮਾਤਾ ਵਿਦਿਆਵਤੀ ਜੋ ਭਗਤ ਸਿੰਘ ਸ਼ਹੀਦ ਦੀ ਮਾਤਾ ਜੀ ਸੀ ਉਹਨਾਂ ਦੇ ਹੱਥ ਦਾ ਜਿਹਦੇ ਉੱਤੇ ਉਸ ਚਰਖੇ ਤੇ ਸੂਤ ਕੱਤਦੇ ਰਹੇ
ਉਹ ਚਰਖਾ ਅੱਜ ਮੌਜੂਦ ਹੈ, ਉਹ ਚੱਕੀ ਦੇ ਦੋ ਪੁੜ ਅੱਜ ਮੌਜੂਦ ਉੱਥੇ ਪਏ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ। ਬਲਕਿ ਸਾਕਬ ਇਕਬਾਲ ਵਿਰਕ ਜੀ ਨੇ ਉਹਦੇ ਆਲ ਦੁਆਲੇ ਜਿੰਨੇ ਵੀ ਉਹ ਪੂਰਾ ਕਰ ਰਿਹਾ ਉੱਥੇ ਫਰੇਮਿੰਗ ਕਰਵਾ ਕੇ ਗਦਰ ਪਾਰਟੀ ਦੇ ਲੋਕਾਂ ਦੀਆਂ ਤਸਵੀਰਾਂ ਔਰ ਭਗਤ ਸਿੰਘ ਦੀ ਫੈਮਿਲੀ ਦੀਆਂ ਤਸਵੀਰਾਂ ਔਰ ਉਸ FIR ਜਿਹੜੀ ਉਹਨਾਂ ਦੇ ਉੱਤੇ ਕੱਟੀ ਗਈ ਜਾਂ ਜੋ ਵੀ ਉਸ ਵਕਤ ਦੇ ਨਿਊਜ਼ ਪੇਪਰ ਦੇ ਵਿੱਚ ਪਬਲਿਸ਼ ਹੋ ਰਿਹਾ ਸੀ, ਹਰ ਚੀਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਡੈਕੋਰੇਟ ਕੀਤਾ ਹੋਇਆ ਔਰ ਪੂਰੀ ਦੁਨੀਆਂ ਤੋਂ ਜਿਹੜੇ ਪੰਜਾਬੀ ਆਉਂਦੇ ਔਰ ਖਾਸ ਤੌਰ 'ਤੇ ਜਿਹੜੇ ਸਿੱਖ ਯਾਤਰੀ ਪਾਕਿਸਤਾਨ ਆਉਂਦੇ ਉਹ ਲਾਜ਼ਮੀ 105 ਚੱਕ ਵੰਗੇ ਜੜ੍ਹਾਂ ਵਾਲਾ ਜਿਹੜਾ ਉਹ ਲਾਜ਼ਮੀ ਉੱਥੋਂ ਦਾ ਵਿਜ਼ਿਟ ਕਰਦੇ ਔਰ ਉਹ ਸ਼ਹੀਦ ਨੂੰ ਸਲਾਮ ਔਰ ਸਲਿਊਟ ਕਰਨ ਜਾਂਦੇ। ਤਾਂ ਮੈਂ ਜਿੱਦਾਂ ਦੱਸ ਰਿਹਾ ਸੀ ਕਿ ਅੱਜ ਤੋਂ 10-15 ਸਾਲ ਪਹਿਲੇ ਇਸ ਤਰ੍ਹਾਂ ਸੈਲੀਬ੍ਰੇਟ ਨਹੀਂ ਸੀ ਹੁੰਦਾ ਪਾਕਿਸਤਾਨ ਦੇ ਵਿੱਚ, ਲੇਕਿਨ ਸੋਸ਼ਲ ਮੀਡੀਆ ਆਉਣ ਨਾਲ, ਅਵੇਅਰਨੈਸ ਹੋਣ ਨਾਲ, ਮੈਂ ਬਿਲਕੁਲ ਕਲੀਅਰ ਗੱਲ ਕਰਾਂਗਾ ਕਿ ਬਹੁਤ ਸਾਲ ਪਹਿਲੇ ਸ਼ਾਇਦ ਇਹ ਤਸੱਵਰ ਕੀਤਾ ਜਾਂਦਾ ਸੀ ਕਿ ਭਗਤ ਸਿੰਘ ਜਿਹੜਾ ਉਹ ਸਿਰਫ ਸਿੱਖ ਕੌਮ ਦਾ ਹੀਰੋ ਹੈ, ਲੇਕਿਨ ਹੁਣ ਜਿੱਦਾਂ ਜਿੱਦਾਂ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਔਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਨਹੀਂ, ਜਿਹੜੇ ਇਸ ਧਰਤੀ ਮਾਂ ਦੇ ਸਪੁੱਤਰ ਹੁੰਦੇ ਆ ਉਹ ਕਿਸੇ ਕੌਮ ਦੇ, ਕਿਸੇ ਰਿਲੀਜਨ ਦੇ, ਕਿਸੇ ਖਾਨਦਾਨ ਦੇ ਨਹੀਂ ਹੁੰਦੇ, ਉਹ ਧਰਤੀ ਮਾਂ ਦੇ ਪੁੱਤਰ ਹੁੰਦੇ ਆ, ਸਪੁੱਤਰ ਹੁੰਦੇ ਆ। ਤਾਂ ਉਹ ਲੋਕਾਂ ਦੇ ਵਿੱਚ ਜਦੋਂ ਇਸ ਚੀਜ਼ ਦਾ ਅਹਿਸਾਸ ਹੋਇਆ ਤਾਂ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਲਾਹੌਰ ਦੇ ਵਿੱਚ ਜਿਹੜੀ ਜੇਲ੍ਹ ਹੈ ਜਿੱਥੇ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਔਰ ਆਪ ਜੀ ਨੇ ਫਾਂਸੀ ਦਾ ਫੰਦਾ ਖੁਦ ਚੁੰਮ ਕੇ ਆਪਣੇ ਗਲੇ ਦੇ ਵਿੱਚ ਪਾਇਆ ਔਰ ਉਹਨਾਂ ਨੂੰ ਪਤਾ ਸੀ ਕਿ ਮੈਂ ਕਿੰਨੀ ਵੱਡੀ ਕੁਰਬਾਨੀ ਦੇਣ ਜਾ ਰਿਹਾ। ਔਰ ਹੁਣ ਤੋਂ ਜਿਹੜਾ ਥੋੜੀ ਦੇਰ ਪਹਿਲੇ ਤੁਸੀਂ ਇੱਕ ਸੌਂਗ ਵੀ ਪਲੇ ਕੀਤਾ ਮਾਤਾ ਵਿਦਿਆਵਤੀ ਜੀ ਦੇ ਨਾਲ ਉਹ ਰਿਲੇਟ ਕਰਦਾ, ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਮੇਰੀ ਲਾਸ਼ ਨੂੰ ਏਦਾਂ ਨਾ ਲੈਣ ਆਉਣਾ। ਤਾਂ ਉਹਦੇ ਵਿੱਚ ਮੈਂ ਦੱਸਾਂਗਾ ਕਿ ਉਹ ਸਾਡਾ ਇਸ ਟਾਈਮ ਲਾਹੌਰ ਦਾ ਇੱਕ ਸ਼ਾਦਮਾਨ ਮਾਰਕੀਟ ਹੈ, ਉਹਦੇ ਬਿਲਕੁਲ ਨਾਲ ਇੱਕ ਚੌਕ ਹੈ, ਉਦੋਂ ਇਹ ਜੇਲ੍ਹ ਦਾ ਸਾਰਾ ਏਰੀਆ ਖੁੱਲਾ ਹੁੰਦਾ ਸੀ। ਉਸ ਚੌਕ ਦੇ ਵਿੱਚ ਜਿਹੜਾ ਸੀ ਉਹ ਭਗਤ ਸਿੰਘ ਸ਼ਹੀਦ ਨੂੰ ਫਾਂਸੀ ਦਿੱਤੀ ਗਈ। ਤਾਂ ਉਸ ਚੌਕ ਨੂੰ ਹੁਣ ਸਾਡੇ ਇੱਥੇ ਦੀ ਇੱਕ ਸੰਸਥਾ ਔਰ ਜਿੰਨੇ ਵੀ ਪੰਜਾਬੀ ਹੈ ਅੱਜ ਸਾਰੇ ਇਕੱਠੇ ਹੋਏ ਸੀ, ਬਕਾਇਦਾ ਉੱਥੇ ਮੋਮਬੱਤੀਆਂ ਜਲਾਈਆਂ ਗਈਆਂ ਔਰ ਇੱਕ ਬਹੁਤ ਅੱਛਾ ਕਿਸਮ ਦਾ ਪ੍ਰੋਸੈਸ਼ਨ ਉੱਥੇ ਕੀਤਾ ਜਾਂਦਾ ਔਰ ਭਗਤ ਸਿੰਘ ਸ਼ਹੀਦ ਦੇ ਗੀਤ ਗਾਏ ਜਾਂਦੇ ਔਰ ਉਹਦੀ ਕੁਰਬਾਨੀ ਨੂੰ ਔਰ ਉਹਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ। ਔਰ ਗੌਰਮੈਂਟ ਦੇ ਕੋਲ ਪਿਛਲੇ ਕਈ ਸਾਲ ਤੋਂ ਮੁਤਾਲਬਾ ਕੀਤਾ ਜਾ ਰਿਹਾ ਕਿ ਉਸ ਚੌਕ ਦਾ ਨਾਂ, ਲਾਹੌਰ ਦਾ ਬੜਾ ਪ੍ਰੋਮੀਨੈਂਟ ਚੌਕ ਹੈ, ਕਿ ਉਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਸ਼ਹੀਦ ਚੌਕ ਜਿਹੜਾ ਉਹ ਰੱਖਿਆ ਜਾਏ ਤਾਂ ਕਿ ਉਸ ਕੁਰਬਾਨੀ ਨੂੰ ਯਾਦ ਕੀਤਾ ਜਾਏ, ਕਿਉਂਕਿ ਬਿਲਕੁਲ ਉਹ ਸਪੋਟ ਬਣਦਾ ਉਹ ਚੌਕ ਜਿੱਥੇ ਭਗਤ ਸਿੰਘ ਸ਼ਹੀਦ ਨੂੰ ਫਾਂਸੀ ਦਿੱਤੀ ਗਈ ਸੀ। ਤਾਂ ਇਸ ਟਾਈਮ ਪਾਕਿਸਤਾਨ ਦੇ ਵਿੱਚ ਧਰਮ ਤੋਂ ਉੱਤੇ ਹੋ ਕੇ, ਕਿਸੇ ਕੌਮ ਤੋਂ ਉੱਤੇ ਹੋ ਕੇ ਉਸ ਪੰਜਾਬੀ ਯੋਧੇ ਦੀ ਕੁਰਬਾਨੀ ਨੂੰ ਹਮੇਸ਼ਾ ਲਈ ਯਾਦ ਕੀਤਾ ਜਾ ਰਿਹਾ ਔਰ ਹਮੇਸ਼ਾ ਯਾਦ ਕੀਤਾ ਜਾਏਗਾ। ਔਰ ਹਰ ਸਾਲ ਇਹਦੇ ਵਿੱਚ ਮੈਂ ਦੇਖਦਾ ਕਿ ਚੂੰਕਿ ਮੈਂ ਖੁਦ ਉਸ ਚੀਜ਼ ਦਾ ਇੱਕ ਹਿੱਸਾ, ਤੇ ਇਹਦੇ ਵਿੱਚ ਲੋਕ ਜਿਹੜੇ ਹਰ ਸਾਲ ਉਹ ਵਧਦੇ ਜਾ ਰਹੇ, ਜੋ ਪਿਛਲੇ ਸਾਲ ਲੋਕਾਂ ਦੀ ਗਿਣਤੀ ਹੁੰਦੀ ਉਹਦੇ ਤੋਂ ਗਿਣਤੀ ਵਧਦੀ ਜਾ ਰਹੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਅਹਿਸਾਸ ਹੋਇਆ ਕਿ ਉਹ ਇਸ ਧਰਤੀ ਮਾਂ ਦਾ ਪੁੱਤਰ ਸੀ, ਇਸ ਪੰਜ ਆਪ ਦਾ ਪੁੱਤਰ ਸੀ, ਉਹਨੇ ਕੁਰਬਾਨੀ ਔਰ ਜਿਹੜੀ ਸ਼ਹਾਦਤ ਦਿੱਤੀ ਸੀ ਉਹ ਕੋਈ ਆਪਣੀ ਕੌਮ, ਸਿੱਖ ਕੌਮ ਲਈ ਨਹੀਂ ਸੀ, ਬਲਕਿ ਇਸ ਪੂਰੇ ਬਰਸਗੀਰ ਜਿਹਨੂੰ ਅਸੀਂ ਸਬ ਕੰਟੀਨੈਂਟ ਕਹਿੰਦੇ ਹਾਂ, ਜਿਹਦੇ ਉੱਤੇ ਸਾਮਰਾਜ ਬ੍ਰਿਟਿਸ਼ ਦਾ ਕਬਜ਼ਾ ਸੀ, ਉਹਦੇ ਅਗੇਂਸਟ ਉਹਦੀ ਕੁਰਬਾਨੀ ਸੀ, ਔਰ ਅੱਜ ਨੂੰ ਅਸੀਂ ਯਾਦ ਕਰਦੇ ਹਾਂ। ਔਰ ਅੱਜ ਵੀ ਉਸ ਦਿਨ ਨੂੰ ਭਗਤ ਸਿੰਘ ਦੀ ਹਵੇਲੀ ਦੇ ਵਿੱਚ ਵੀ ਸੈਲੀਬ੍ਰੇਟ ਕੀਤਾ ਗਿਆ ਔਰ ਲਾਹੌਰ ਦੇ ਵਿੱਚ ਉਸ ਸ਼ਾਦਮਾਨ ਵਾਲੇ ਚੌਕ ਨੂੰ ਜਿਹਦਾ ਨਾਮ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਉਹਦਾ ਨਾਮ ਜਿਹੜਾ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਏ, ਉੱਥੇ ਵੀ ਬੜੇ ਅੱਛੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਗਿਆ, ਕੈਂਡਲ ਜਲਾਈਆਂ ਗਈਆਂ, ਪਲੇ ਕਾਰਡ ਸੀ, ਇੱਕ ਜਲੂਸ ਕੱਢਿਆ ਗਿਆ ਔਰ ਭਗਤ ਸਿੰਘ ਦੇ ਨਾਮ ਦੇ ਗੀਤ ਵੀ ਗਾਏ ਗਏ ਉਸ ਚੌਕ ਦੇ ਵਿੱਚ। ਰੇਡੀਓ ਮਿਰਚੀ 13 ਸਦਾ ਸੁਣ ਰਹੇ ਸਭ ਸਰੋਤਿਓ, ਮੈਂ SP ਸਿੰਘ ਪ੍ਰੋਗਰਾਮ ਲੋਕ ਕਚਹਿਰੀ ਵਿੱਚ ਫਿਰ ਹਾਜ਼ਰ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰੇ ਨਾਲ ਮਨੀਰ ਹੁਸ਼ਿਆਰਪੁਰੀ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਮੌਜੂਦ ਨੇ। ਗੱਲਬਾਤ ਕਰ ਰਹੇ ਸੀ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਉੱਤੇ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ। ਦੁਨੀਆ ਭਰ ਦੇ ਵਿੱਚ ਮਨਾਇਆ ਗਿਆ, ਭਾਰਤ ਦੇ ਵਿੱਚ ਕਿਸਾਨਾਂ ਨੇ ਬਕਾਇਦਾ ਬੜੇ ਹੀ ਵਧੀਆ ਤਰੀਕੇ ਦੇ ਨਾਲ, ਨੌਜਵਾਨਾਂ ਨੇ ਸਪੈਸ਼ਲ ਪੰਜਾਬ ਤੋਂ, ਪੰਜਾਬ ਦੇ ਬਾਹਰਲੇ ਇਲਾਕਿਆਂ ਤੋਂ ਦਿੱਲੀ ਵੱਲ ਨੂੰ ਮਾਰਚ ਕੀਤਾ। ਖਬਰ ਜਿਹੜੀ ਸਾਡੇ ਨਾਲ ਮਨੀਰ ਹੁਣੀ ਸਾਂਝੀ ਕਰ ਰਹੇ ਲਹਿੰਦੇ ਪੰਜਾਬ ਪਾਕਿਸਤਾਨ 'ਚ, ਉਹਨਾਂ ਨੇ ਕਿਹਾ ਵੀ ਜਦੋਂ ਤੋਂ ਸੋਸ਼ਲ ਮੀਡੀਆ ਆਇਆ ਪਾਕਿਸਤਾਨ ਦੇ ਵਿੱਚ ਵੀ ਸ਼ਹੀਦ ਭਗਤ ਸਿੰਘ ਦਾ ਜਿਹੜਾ ਦਿਨ ਆ, ਚਾਹੇ ਉਹ ਜਨਮ ਦਿਹਾੜਾ ਹੋਵੇ ਜਾਂ ਸ਼ਹੀਦੀ ਦਿਹਾੜਾ ਹੋਵੇ, ਉਹ ਮਨਾਇਆ ਜਾਂਦਾ ਹੈ। ਮਨੀਰ ਜੀ, ਤੁਸੀਂ ਦੁਬਾਰਾ ਯਾਰ ਤੇ ਉਨਿਕਾ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ ਜੀ। ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ ਜੀ। ਜੀ, ਆਪਾਂ ਗੱਲਬਾਤ ਕਰ ਰਹੇ ਸੀ ਸ਼ਹੀਦ ਭਗਤ ਸਿੰਘ ਹੁਣਾਂ ਦੀ ਜ਼ਿੰਦਗੀ ਦੇ ਉੱਤੇ। ਦੇਖੋ, ਹਰ ਇੱਕ ਹਰ ਕਮਿਊਨਿਟੀ ਦੇ ਵਿੱਚ ਇਹ ਗੱਲ ਵਾਪਰਦੀ ਹੈ ਵੀ ਜਦੋਂ ਉਹਨੂੰ ਸ਼ਹੀਦਾਂ ਦੀਆਂ ਵੰਡੀਆਂ ਪਾਈਆਂ ਜਾਂਦੀਆਂ, ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਮੁਸਲਿਮ ਆ, ਇਹ ਸਿੱਖ ਆ, ਇਹ ਹਿੰਦੂ ਆ। ਜਦੋਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ ਸ਼ਹੀਦ ਭਗਤ ਸਿੰਘ ਹੁਣਾਂ ਦੀ, ਤਾਂ
ਉਹਨਾਂ ਦਾ ਜਿਹੜੇ ਉਹਨਾਂ ਦੇ ਆਦੇਸ਼ ਆ, ਜਿਹੜੇ ਉਹਨਾਂ ਦੇ ਸੰਦੇਸ਼ ਆ, ਜਿਹੜਾ ਉਹਨਾਂ ਦਾ ਜਿਹੜੀ ਉਹਨਾਂ ਨੇ ਐਕਟੀਵਿਟੀਜ਼ ਉਸ ਜ਼ਮਾਨੇ 'ਚ ਕੀਤੀ, ਉਹਨਾਂ ਦਾ ਜਿਹੜੀ ਜੋ ਭਾਵਨਾ ਸੀ, ਜੋ ਕਰਨਾ ਚਾਹੁੰਦੇ ਸੀ, ਉਹਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਲੱਗਦਾ ਹੈ ਕਿ ਬੇਸ਼ੱਕ ਉਹਨਾਂ ਦੇ ਅੰਤਲੀ ਸਮੇਂ ਦੇ ਵਿੱਚ ਜਦੋਂ ਉਹ ਜੇਲ੍ਹ ਦੇ ਵਿੱਚ ਸੀ, ਬਹੁਤ ਸਾਰੀਆਂ ਚਿੱਠੀਆਂ ਮੌਜੂਦ ਹੈ ਇਹੋ ਜਿਹੀਆਂ ਭਾਈ ਰਣਧੀਰ ਸਿੰਘ ਹੋਣਾਂ ਦੀਆਂ, ਜਿਨ੍ਹਾਂ ਨੇ ਕਿਹਾ ਵੀ ਅੰਤਲੇ ਸਮੇਂ 'ਚੋਂ ਸਿੱਖ ਸਜ ਗਏ ਸੀਗੇ, ਪਰ ਜਦੋਂ ਪੂਰੀ ਜ਼ਿੰਦਗੀ ਉਹਨਾਂ ਦਾ ਜਿਹੜਾ ਕਿ ਉਹਨਾਂ ਦਾ ਬਹੁਤ ਲੰਬਾ ਸਫ਼ਰ ਨਹੀਂ ਹੈਗਾ ਜ਼ਿੰਦਗੀ ਦਾ, ਜਿੱਦਾਂ ਆਪਾਂ ਜ਼ਿਕਰ ਕੀਤਾ 22-24 ਸਾਲ ਦਾ ਜ਼ਿੰਦਗੀ ਦਾ ਸਫ਼ਰ ਹੈ, 14-15 ਸਾਲ ਤੱਕ ਤਾਂ ਵੈਸੇ ਲੋਕਾਂ ਨੂੰ ਬਹੁਤਾ ਕੁਛ ਪਤਾ ਵੀ ਨਹੀਂ ਹੁੰਦਾ, ਪਰ ਬੜੀ ਕਮਾਲ ਦੀ ਉਹਨਾਂ ਨੇ ਜਿਹੜੀ ਇੱਕ ਚੀਜ਼ ਕੀਤੀ ਆ ਆਪਣੇ, ਉਹਨਾਂ ਨੇ ਜਿਹੜਾ ਅਸੈਂਬਲੀ ਦੇ ਵਿੱਚ ਜਦੋਂ ਉਹਨਾਂ ਨੇ ਬੰਬ ਸੁੱਟਿਆ, ਉਹ ਇਸ ਦਿਸ਼ਾ ਇਸ ਤਰੀਕੇ ਨਾਲ ਸੁੱਟਿਆ, ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਸਿਰਫ ਵੀ ਬੋਲੀ ਸਰਕਾਰ ਤੱਕ ਇੱਕ ਸਾਡਾ ਪ੍ਰਗਟਾਵਾ ਆ, ਅਸੀਂ ਸਿਰਫ ਇਹਨਾਂ ਨੂੰ ਇੱਕ ਇਸ ਤਰੀਕੇ ਨਾਲ ਕਰਨਾ ਚਾਹੁੰਦੇ ਤਾਂ ਕਿ ਇਹਨਾਂ ਨੂੰ ਜਾਗ ਆ ਜਾਵੇ, ਅਸੀਂ ਜਿਹੜਾ ਨਕਲੀ ਸੁੱਟਿਆ ਅਸਲੀ ਵੀ ਸੁੱਟ ਸਕਦੇ ਹਾਂ, ਪਰ ਸਾਡਾ ਇਰਾਦਾ ਇਹ ਨਹੀਂ ਹੈਗਾ। ਉਹਨਾਂ ਨੇ ਦਹਿਸ਼ਤਗਰਦੀ ਬਾਰੇ ਇੱਕ ਵਿਚਾਰ ਹੈ ਜਿਹੜਾ ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ, ਉਹਨਾਂ ਨੇ ਕਿਹਾ ਵੀ ਮੈਂ ਦਹਿਸ਼ਤ ਪਸੰਦ ਰਿਹਾ ਹਾਂ ਪਰ ਦਹਿਸ਼ਤ ਪਸੰਦ ਨਹੀਂ ਹਾਂ, ਉਹਨਾਂ ਦਾ ਇੱਕ ਬਿਆਨ ਹੈ। ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਮੈਂ ਇਨਕਲਾਬੀ ਹਾਂ ਜਿਸ 'ਤੇ ਕੁਛ ਨਿਸ਼ਚਿਤ ਵਿਚਾਰ ਅਤੇ ਆਦਰਸ਼ ਹਨ, ਜਿਸ ਦੇ ਸਾਹਮਣੇ ਇੱਕ ਲੰਮਾ ਪ੍ਰੋਗਰਾਮ ਹੈ, ਮੇਰਾ ਪੱਕਾ ਵਿਸ਼ਵਾਸ ਹੈ ਅਸੀਂ ਬੰਬਾਂ ਅਤੇ ਪਿਸਤੌਲਾਂ ਨਾਲ ਲਾਭ ਪ੍ਰਾਪਤ ਨਹੀਂ ਕਰਾਂਗੇ, ਇਹ ਗੱਲ ਹਿੰਦੁਸਤਾਨ ਦੀ ਰਿਪਬਲਿਕਨ ਆਰਮੀ ਦੇ ਇਤਿਹਾਸ 'ਚੋਂ ਸਪੱਸ਼ਟ ਹੈ। ਨੇਰਾ ਬੰਬ ਸੁੱਟਣਾ ਨਾ ਸਿਰਫ ਬੇਫਾਇਦਾ ਹੈ ਸਗੋਂ ਕਈ ਵਾਰ ਨੁਕਸਾਨਦੇਹ ਵੀ ਹੈ, ਇਸ ਦੀ ਜ਼ਰੂਰਤ ਕਿਸੇ ਖਾਸ ਹਾਲਤ ਵਿੱਚ ਪੈ ਸਕਦੀ ਹੈ, ਸਾਡਾ ਮੁੱਖ ਮਕਸਦ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਹੋਣਾ ਚਾਹੀਦਾ ਹੈ। ਦੇਖੋ ਉਹਨਾਂ ਦਾ ਇੱਕ ਕੀ ਵਿਚਾਰ ਹੈ ਤੁਹਾਡੇ ਅੱਜ ਦੇ ਸਮੇਂ ਦੇ ਵਿੱਚ, ਜਦੋਂ ਆਪਾਂ ਇਹਨਾਂ ਸ਼ਹੀਦਾਂ ਦੀ ਗੱਲ ਕਰਦੇ ਹਾਂ, ਅੱਜ ਜਿਹੜੀ ਲੋਕ ਆ ਪਾਕਿਸਤਾਨ ਦੇ ਵਿੱਚ ਵੀ ਆ, ਸਾਡੇ ਕਿਸਾਨ ਮੋਰਚਾ ਚੱਲ ਰਿਹਾ, ਉਹਨਾਂ ਦਾ ਇਹ ਕਹਿਣਾ ਮੁੱਖ ਮਕਸਦ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਹੋਣਾ ਚਾਹੀਦਾ, ਅੱਜ ਦੇ ਸਮੇਂ ਦੇ ਵਿੱਚ ਵੀ ਕਿੰਨਾ ਪ੍ਰਸੰਗਕ ਹੈ ਇਹ ਗੱਲ ਜੀ। ਬਹੁਤ ਸ਼ੁਕਰੀਆ, ਔਰ ਬੜਾ ਤੁਸੀਂ ਅਹਿਮ ਸਵਾਲ ਪੁੱਛਿਆ। ਤੁਸੀਂ ਇਸ ਸਵਾਲ ਦਾ ਮੈਂ ਜਵਾਬ ਦੇਣ ਤੋਂ ਪਹਿਲੇ ਆਪਣੇ ਸਰੋਤਿਆਂ ਨੂੰ ਕਹਾਂਗਾ ਕਿ ਆਪਣੇ ਜ਼ਿਹਨ ਦੇ ਵਿੱਚ ਲਿਆਇਆ ਜਾਏ ਕਿ ਇੱਕ ਸਿਰਫ ਕੋਈ 20 ਸਾਲ ਦਾ ਨੌਜਵਾਨ ਹੈ, ਇੱਕ 18-20 ਸਾਲ ਦਾ ਇੱਕ ਨੌਜਵਾਨ ਹੈ, ਔਰ ਉਹਦੇ ਦਿਲ ਦੇ ਵਿੱਚ ਇੱਕ ਜਜ਼ਬਾ ਕੀ ਹੈ। ਦੇਖੋ ਜਦੋਂ ਉਹ ਅਸੈਂਬਲੀ 'ਤੇ ਬੰਬ ਸੁੱਟਦਾ, ਉਹਦੇ ਨਾਲ ਰਾਜਗੁਰੂ ਔਰ ਸੁਖਦੇਵ ਹੁੰਦੇ, ਤਾਂ ਉਹਨਾਂ ਦਾ ਮਕਸਦ ਬਿਲਕੁਲ ਇਹ ਨਹੀਂ ਸੀ ਕਿ ਅਸੀਂ ਕਿਸੇ ਨੂੰ ਮਾਰਨਾ ਜਾਂ ਕੋਈ ਉੱਥੇ ਕੋਈ ਇੱਦਾਂ ਦਾ ਨਹੀਂ ਸੀ। ਉਹ ਸਿਰਫ ਇੱਕ ਅਟੈਂਸ਼ਨ ਡਰਾ ਕਰਨਾ ਚਾਹੁੰਦੇ ਸੀ, ਔਰ ਉਹ ਚਾਹੁੰਦੇ ਸੀ ਕਿ ਅਟੈਂਸ਼ਨ ਡਰਾ ਹੋਵੇ, ਔਰ ਜਿਸ ਮੁੱਦਿਆਂ ਦੇ ਉੱਤੇ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਇੱਕ ਵਾਰੀ ਤਵੱਜੋ ਆ ਜਾਏ ਉਹਨਾਂ ਦੇ ਉੱਤੇ। ਬਿਲਕੁਲ ਉਹ ਅਗਰ ਚਾਹੁੰਦੇ ਉਸ ਵਕਤ ਤਾਂ ਉਹ ਜਿਹੜੇ ਬੰਬ ਜਿਹੜੇ ਸੁੱਟੇ ਸੀ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਉੱਥੇ ਸੁੱਟ ਕੇ ਤਾਂ ਉੱਥੇ ਕੋਈ ਵੱਡੀ ਅਫਰਾ ਤਫਰੀ ਜਾਂ ਵੱਡਾ ਖੂਨ ਖਰਾਬਾ ਵੀ ਉਹ ਕਰ ਸਕਦੇ ਸੀ, ਕਿਉਂਕਿ ਅਸੈਂਬਲੀ ਦਾ ਸੈਸ਼ਨ ਉੱਥੇ ਜਾਰੀ ਸੀ। ਲੇਕਿਨ ਉਹਨਾਂ ਦਾ ਪਰਪਸ ਇਹ ਕਤਲ ਨਹੀਂ ਸੀ, ਉਹ ਤਾਂ ਇੱਕ ਅਟੈਂਸ਼ਨ ਡਰਾ ਕਰਨਾ ਚਾਹੁੰਦੇ ਸੀ। ਔਰ ਫਿਰ ਜਿਸ ਅੰਦਾਜ਼ ਦੇ ਵਿੱਚ ਉੱਥੇ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਨੇ ਬਲਕਿ ਖੁਦ ਗ੍ਰਿਫਤਾਰੀ ਦੇ ਦਿੱਤੀ ਕਹਿੰਦੇ ਗਏ, ਤਾਂ ਉਹਨਾਂ ਦਾ ਇਹ ਮਕਸਦ ਨਹੀਂ ਸੀ। ਉਹ ਇੱਕ ਸ਼ੁਰੂ ਦੇ ਵਿੱਚ ਤਾਂ ਕਹਿ ਸਕਦੇ ਕਿ ਜਦੋਂ ਬਿਲਕੁਲ ਉਹਦੀ ਲਾ ਉਬਾਲੀ ਉਮਰ ਸੀ, ਕੋਈ 13-14-15 ਸਾਲ, ਉਦੋਂ ਤਾਂ ਉਹ ਕਹਿ ਸਕਦੇ ਹੋ ਕਿ ਉਹ ਬਿਲਕੁਲ ਇੱਕ ਹਵਾਨ ਉਮਰ ਦੇ ਵਿੱਚ, ਔਰ ਉਹਦੀ ਜਦੋਂ ਜਿਹੇ ਦੀ ਇਹ ਹੋ ਸਕਦੀ ਕਿ ਮੇਰੇ ਹੱਥ ਵਿੱਚ ਪਿਸਤੌਲ ਆ ਜਾਏ ਤਾਂ ਮੈਂ ਇੱਦਾਂ ਕਰਦਿਆਂ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਉਹਨੇ ਬਾਅਦ 'ਚ ਜਦੋਂ ਲਿਟਰੇਚਰ ਪੜ੍ਹ ਲਿਆ, ਔਰ ਖਾਸ ਤੌਰ 'ਤੇ ਜਦੋਂ ਉਹਨੇ ਕਮਿਊਨਿਜ਼ਮ ਨੂੰ ਇੰਨੀ ਡੀਪਲੀ ਪੜ੍ਹ ਲਿਆ, ਤਾਂ ਉਹਦੇ ਫਿਰ ਨਜ਼ਰੀਆਤ ਬਦਲ ਚੁੱਕੇ ਸੀ। ਉਹ ਦੁਨੀਆਂ ਨੂੰ ਇੱਕ ਜਿਹਾ ਦੇਖਣਾ ਚਾਹੁੰਦਾ ਸੀ, ਉਹ ਧਰਮਾਂ ਮਜ਼ਹਬਾਂ ਜ਼ਾਤਾਂ ਪਾਤਾਂ ਕਾਸਟ ਸਿਸਟਮ ਤੋਂ ਬਿਲਕੁਲ ਉੱਤੇ ਹੋ ਕੇ ਇੱਕ ਸੋਚ ਰਿਹਾ ਸੀ। ਉਹਦੀ ਲੜਾਈ ਦਾ ਬਿਲਕੁਲ ਇੱਕ ਜਿਹੜੀ ਸੀਮਤ ਹੈ, ਇੱਕ ਰੁੱਖ ਜਿਹੜਾ ਸੀ ਉਹ ਬਿਲਕੁਲ ਬਦਲ ਚੁੱਕਿਆ ਸੀ। ਉਹ ਤਾਂ ਚਾਹੁੰਦਾ ਸੀ ਇਕੁਅਲਿਟੀ ਦੀ ਬੁਨਿਆਦ ਦੇ ਉੱਤੇ ਦੁਨੀਆ ਜੀਵੇ, ਔਰ ਸਾਡੇ ਜਿਹੜੇ ਰਾਈਟਸ ਹੈ ਉਹ ਬੇਸ਼ੱਕ ਮਜ਼ਦੂਰ ਦੇ ਜਾਂ ਕਿਸਾਨ ਦੇ। ਦੇਖੋ ਕਿਸਾਨੀ ਤਾਂ ਕਰਦਾ ਸੀ ਉਹਦਾ ਪਰਿਵਾਰ, ਉੱਥੋਂ ਜਿਹੜੇ ਪਿੰਡ ਨਵੇਂ ਆਬਾਦ ਹੋਏ, ਜਿੱਦਾਂ ਕਿ ਉਹ ਦੱਸਿਆ ਗਿਆ ਕਿ ਉਹ ਪਹਿਲੇ ਲਹਿੰਦਾ ਪੰਜਾਬ ਜਿਹੜਾ ਉੱਥੇ ਸੀ ਤਾਂ ਉੱਥੋਂ ਫਿਰ ਇੱਧਰ ਆਏ, ਤਾਂ ਉਹ ਸਾਰੇ ਉਹਨਾਂ ਨੇ ਆ ਕੇ ਉਹਨਾਂ ਖੇਤੀਬਾੜੀ ਕੀਤੀ ਹੋਈ ਸੀ, ਔਰ ਉਹਨਾਂ ਨੇ ਉਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ ਹੋਇਆ ਸੀ। ਉਹਨੂੰ ਪਤਾ ਸੀ ਕਿ ਇੱਕ ਕਿਸਾਨ ਦੇ ਕੀ ਪ੍ਰੋਬਲਮ ਹੈ। ਅੱਜ ਉਹਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਦਿੱਲੀ 'ਚ ਕਿਸਾਨਾਂ ਦਾ ਜਿਹੜਾ ਧਰਨਾ ਹੋਇਆ ਮੋਰਚੇਬੰਦੀ, ਅਸੀਂ ਉਹਦੇ ਨਾਲ ਰਿਲੇਟ ਕਰ ਸਕਦੇ ਹਾਂ ਕਿ ਅੱਜ ਫਿਰ ਉਸ ਟਾਈਮ ਤਾਂ ਉਹ ਬ੍ਰਿਟਿਸ਼ ਸਾਮਰਾਜ ਸੀ ਨਾ ਜਿਹੜਾ ਸਾਡੇ ਉੱਤੇ ਕਬਜ਼ਾ ਕਰ ਰਿਹਾ ਸੀ, ਔਰ ਇੰਡੀਆ ਨੂੰ ਔਰ ਬਰਸਗੀਰ ਨੂੰ ਉਹ ਸੋਨੇ ਦੀ ਚਿੜੀਆ ਕਹਿੰਦਾ ਸੀ, ਇੱਥੋਂ ਪੈਸਾ ਕੱਢ ਕੱਢ ਲਿਜਾ ਰਿਹਾ ਸੀ। ਅੱਜ ਸਾਡੇ ਮੁਲਕਾਂ ਦੇ ਉੱਤੇ, ਉਹ ਭਾਵੇਂ ਇੰਡੀਆ ਹੋਵੇ ਭਾਵੇਂ ਪਾਕਿਸਤਾਨ ਹੋਵੇ ਜਾਂ ਸਭ ਕੰਟੀਨੈਂਟ ਦੇ ਹੋਰ ਛੋਟੇ ਮੁਲਕ ਹੋਣ, ਅੱਜ ਸਾਡੇ ਅੰਦਰ ਦੇ ਉਹਦਾ ਪਰਪਸ ਇਹ ਸੀ ਕਿ ਅਸੀਂ ਜਿਹੜੇ ਆ ਮਾਸਟਰ ਚੇਂਜ ਨਹੀਂ ਕਰਨਾ ਚਾਹੁੰਦੇ, ਅਸੀਂ ਸਿਸਟਮ ਚੇਂਜ ਕਰਨਾ ਚਾਹੁੰਦੇ ਹਾਂ।
ਹੋਇਆ ਉਹੀ ਗੱਲ ਜੋ ਭਗਤ ਸਿੰਘ ਨੂੰ ਡਰ ਸੀ ਕਿ ਅੱਜ ਸਾਡੇ ਮਾਸਟਰ ਚੇਂਜ ਹੋ ਗਏ ਆ, ਸਾਡਾ ਉਹ ਸਿਸਟਮ ਚੇਂਜ ਨਹੀਂ ਹੋਇਆ, ਅੱਜ ਸਾਡਾ ਮਜ਼ਦੂਰ ਫਿਰ ਉਸ ਹਾਲਤ ਦੇ ਵਿੱਚ ਹੈ, ਅੱਜ ਸਾਡਾ ਕਿਸਾਨ ਫਿਰ ਉਸ ਤੋਂ ਵੀ ਸ਼ਾਇਦ ਬੁਰੀ ਹਾਲਤ ਦੇ ਵਿੱਚ ਹੈ, ਤਾਂ ਉਹ ਜੇ ਅੱਜ ਫਿਰ ਅੱਜ ਇਹ ਧਰਤੀ ਪੰਜਾਬ ਦੀ ਫਿਰ ਭਗਤ ਸਿੰਘ ਨੂੰ ਆਵਾਜ਼ਾਂ ਮਾਰ ਰਹੀ ਕਿ ਫਿਰ ਕੋਈ ਭਗਤ ਸਿੰਘ ਆਵੇ, ਫਿਰ ਸਾਡੇ ਲਈ ਆਵਾਜ਼ ਚੁੱਕੇ ਤਾਂ ਸ਼ਾਇਦ ਕੁਛ ਬਿਹਤਰੀ ਦੇ ਚਾਂਸਿਸ ਹੋ ਜਾਣ ਔਰ ਸਾਡੀ ਆਵਾਜ਼ ਉੱਤੇ ਤੱਕ ਚਲੀ ਜਾਏ, ਤਾਂ ਲੇਕਿਨ ਉਹ ਲੱਗਦਾ ਨਹੀਂ ਹੈ। ਉਹ ਤਾਂ ਬਹੁਤ ਕੋਈ ਮਾਂ ਨੇ ਕੋਈ ਅਨਮੁੱਲੀ ਚੀਜ਼ ਜੰਮੀ ਸੀ ਮਾਤਾ ਵਿਦਿਆਵਤੀ ਜੀ ਨੇ ਕਿ ਸਿਰਫ 16-17 ਸਾਲ ਦੀ ਉਮਰ 'ਚ ਇੱਕ ਬੰਦਾ ਸਟਰਗਲ ਕਰਦਾ ਔਰ 23 ਸਾਲ ਦੀ ਉਮਰ ਦੇ ਵਿੱਚ ਉਹਨੂੰ ਸ਼ਹਾਦਤ ਨਸੀਬ ਹੋ ਜਾਂਦੀ ਔਰ ਇੰਨਾ ਵੱਡਾ ਕੰਮ ਕਰ ਜਾਂਦਾ ਕਿ ਦੁਨੀਆਂ ਦੇ ਵਿੱਚ ਅੱਜ ਉਹਦੇ ਉੱਤੇ PhDਆਂ ਹੋ ਰਹੀਆਂ, ਉਹਦੇ ਤੇ ਬਿਹਤਰੀਨ ਕਿਸਮ ਦਾ ਲਿਟਰੇਚਰ ਲਿਖਿਆ ਜਾ ਰਿਹਾ। ਬਲਕਿ ਮੈਂ ਇੱਥੇ ਜ਼ਿਕਰ ਕਰਾਂਗਾ ਕਿ ਖੁਦ ਜੋ ਉਹਨੇ ਜੇਲ੍ਹ ਦੇ ਵਿੱਚ ਲਿਖਿਆ I am atheist ਕਿ ਮੈਂ ਨਸਤ ਕਿਉਂ ਆ, ਯਾਨੀ ਕਿ ਲੋਕ ਉਹਨੂੰ ਕਹਿਣ ਲੱਗ ਪਏ ਸੀ, ਉਹਦੇ ਜਿਹੜੇ ਹਮ ਉਮਰ ਸੀ ਉਹਦੇ ਸੰਗੀ ਬੇਲੀ ਉਹਨੂੰ ਇਹ ਗੱਲ ਕਹਿੰਦੇ ਸੀ ਕਿ ਤੂੰ ਆਪਣੀ ਸ਼ੋਸ਼ਾ ਦੀ ਖਾਤਰ ਇਹ ਸਭ ਕੁਛ ਕਰੀ ਜਾ ਰਿਹਾ ਤੇ ਜੋ ਵੀ ਇਹ ਕਰ ਰਿਹਾ, ਤੇ ਉਹਨੇ ਫਿਰ ਉਹਨਾਂ ਚੀਜ਼ਾਂ ਦਾ ਜਵਾਬ ਦਿੱਤਾ। ਅਗਰ ਪੂਰਾ ਇਸੇ ਨੂੰ ਪੜੋ ਨਾ ਤਾਂ ਉਹ ਤਾਂ ਲੱਗਦਾ ਜਿੱਦਾਂ ਕਿਸੇ ਬੜੇ ਮੰਝੇ ਹੋਏ ਰਾਈਟਰ ਦੀ ਇੱਕ ਰਾਈਟਿੰਗ ਹੈ ਜਿਹਨੇ ਬਹੁਤ ਸਾਰਾ ਕਮਿਊਨਿਜ਼ਮ ਸੋਸ਼ਲਿਜ਼ਮ ਔਰ ਉਸ ਵਕਤ ਦੇ ਜੀਓ ਪੋਲੀਟੀਕਲ ਜੋ ਹਾਲਾਤ ਸੀ ਔਰ ਜੋ ਦੁਨੀਆਂ ਦੇ ਵਿੱਚ ਇੱਕ ਲਹਿਰ ਚੱਲੀ ਹੋਈ ਸੀ ਉਹਦੇ ਵਿੱਚ ਖਾਸ ਤੌਰ ਤੇ ਉਹ ਬਹੁਤ ਜ਼ਿਆਦਾ ਉਹਨੇ ਜਲਿਆਂਵਾਲਾ ਬਾਗ ਦਾ ਇੰਸੀਡੈਂਟ ਉਦੋਂ ਅਜੇ ਤਾਜ਼ਾ ਸੀ ਔਰ ਜੋ ਕੁਛ ਹੋ ਰਿਹਾ ਸੀ ਉਹਦੇ ਤੋਂ ਬਹੁਤ ਉਹ ਮੁਤਾਸਰ ਸੀ ਔਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਔਰ ਉਹਦਾ ਐਸੇ ਜਿਹੜਾ ਉਹ ਪੜ੍ਹਨ ਵਾਲਾ ਬਾਅਦ 'ਚ ਲਾਲਾ ਲਾਜਪਤ ਰਾਏ ਦਾ ਜਿਹੜਾ ਵੀਕਲੀ ਮੈਗਜ਼ੀਨ ਸੀ ਇੰਗਲਿਸ਼ ਦਾ ਉਹਦੇ ਵਿੱਚ ਉਹਦੀ ਸ਼ਹਾਦਤ ਤੋਂ ਬਾਅਦ ਉਹਨੂੰ ਛਾਪਿਆ ਵੀ ਗਿਆ, ਤਾਂ ਉਹ ਬੜੀਆਂ ਪੜ੍ਹਨ ਵਾਲੀਆਂ ਚੀਜ਼ਾਂ। ਔਰ ਉਹ ਮੈਂ ਕਵਾਂਗਾ ਕਿ ਜਿਹੜੇ ਸਾਡੇ ਸਰੋਤੇ ਹੈ ਜਿਹਨਾਂ ਦੇ ਵਿੱਚ ਬਜ਼ੁਰਗ ਹੈ ਤਾਂ ਉਹਨਾਂ ਨੂੰ ਚਾਹੀਦਾ ਕਿ ਖੁਦ ਪੜ੍ਹਨ ਜਾਂ ਆਪਣੇ ਆਉਣ ਵਾਲੀ ਜਿਹੜੀ ਨਸਲ ਹੈ ਜਿਹੜੀ ਪੀੜ੍ਹੀ ਹੈ ਉਹਨੂੰ ਪੜ੍ਹਾਉਣ, ਖੁਦ ਬੈਠ ਕੇ ਪੜ੍ਹਾਉਣ ਔਰ ਦੱਸਣ ਕਿ ਉਸ ਵਕਤ ਅੱਜ ਤੋਂ 100 ਸਾਲ ਪਹਿਲੇ ਦੀਆਂ ਗੱਲਾਂ ਆਲਮੋਸਟ ਅਪਰੋਕਸੀਮੇਟ ਹੋ ਰਹੀਆਂ ਕਿ ਲੋਕਾਂ ਦੇ ਵਿੱਚ ਕਿੱਦਾਂ ਉਹ ਜਜ਼ਬਾ ਸੀ ਔਰ ਉਸ ਬੰਦੇ ਦੇ ਵਿੱਚ ਕਿੰਨੀ ਅੱਗ ਸੀ ਭਰੀ ਹੋਈ ਔਰ ਇਸ ਨਿਜ਼ਾਮ ਨੂੰ ਉਹ ਕਿੱਦਾਂ ਬਦਲਣਾ ਚਾਹ ਰਿਹਾ ਸੀ ਔਰ ਉਹਨੇ ਆਪਣੀ ਅੰਦਰ ਦੀ ਜਿਹੜੀ ਉਹ ਗਰਮੀ ਸੀ ਉਹਨੂੰ ਫਿਰ ਲਿਟਰੇਚਰ ਪੜ੍ਹਨ ਤੋਂ ਬਾਅਦ ਉਹਨੇ ਕਿੱਦਾਂ ਫਿਰ ਉਹਨੂੰ ਆਪਣੇ ਪੋਲੀਟੀਕਲ ਸਿਸਟਮ ਦਾ ਹਿੱਸਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਔਰ ਅੰਦਰੋਂ ਬਹਿ ਕੇ ਉਹਨੇ ਜਿਹੜੀਆਂ ਚਿੱਠੀਆਂ ਲਿਖੀਆਂ ਹੋਈਆਂ, ਤੁਸੀਂ ਬੜਾ ਅੱਛੇ ਤਰੀਕੇ ਨਾਲ ਜ਼ਿਕਰ ਕੀਤਾ ਕਿ ਉਹਨਾਂ ਚਿੱਠੀਆਂ ਨੂੰ ਪੜ੍ਹ ਕੇ ਦੇਖੋ ਕਿ ਉਹਦੇ ਵਿੱਚ ਉਹਦੇ ਕੀ ਨਜ਼ਰੀਆਤ ਹੈ, ਕੀ ਉਹਦੇ ਅਸੂਲ, ਉਹ ਕੀ ਦੱਸ ਰਿਹਾ ਕਿ ਦੁਨੀਆਂ ਨੂੰ ਕਿੱਦਾਂ ਬਦਲਿਆ ਜਾ ਸਕਦਾ, ਬਰਾਬਰੀ ਦਾ ਨਿਜ਼ਾਮ ਕਿੱਦਾਂ ਕਾਇਮ ਕੀਤਾ ਜਾ ਸਕਦਾ, ਮਜ਼ਦੂਰ ਦੀ, ਕਿਸਾਨ ਦੀ, ਸੋਸ਼ਲਿਜ਼ਮ ਦੀ, ਕਮਿਊਨਿਜ਼ਮ ਦੀ ਗੱਲ ਨੂੰ ਕਿੱਦਾਂ ਕੀਤਾ ਜਾ ਸਕਦਾ, ਤਾਂ ਉਹ ਬੜੀ ਪੜ੍ਹਨ ਵਾਲੀਆਂ ਚੀਜ਼ਾਂ ਔਰ ਸਾਨੂੰ ਪੜ੍ਹਨੀਆਂ ਚਾਹੀਦੀਆਂ ਔਰ ਪੜ੍ਹਾਉਣੀਆਂ ਚਾਹੀਦੀਆਂ। ਜੀ ਮਨੋਜ ਜੀ, ਮੈਂ ਆਪਣੇ ਸਰੋਤਿਆਂ ਨਾਲ ਇੱਕ ਸਾਂਝ ਪਾਉਣੀ ਚਾਹੁੰਦਾ। ਪੰਜਾਬ ਚਾਹੇ ਲਹਿੰਦਾ ਪੰਜਾਬ ਆ, ਚਾਹੇ ਚੜ੍ਹਦਾ ਪੰਜਾਬ ਆ, ਚਾਹੇ ਪਾਕਿਸਤਾਨ ਆ, ਚਾਹੇ ਭਾਰਤ ਆ, ਇਹਨਾਂ ਥਾਵਾਂ ਦੇ ਉੱਤੇ ਅੱਜ ਵੀ ਅਛੂਤ ਜਿਹੜਾ ਸ਼ੂਦਰ ਪਾਣੀ ਆ ਇਹਨਾਂ ਇਸ ਖਿੱਤੇ ਦੇ ਵਿੱਚ ਬੜਾ ਪ੍ਰਬਲ ਆ, ਬਹੁਤ ਵੱਡੀ ਗਿਣਤੀ 'ਚ ਪਾਇਆ ਜਾਂਦਾ ਹੈ। ਹਜ਼ਾਰਾਂ ਜਾਨਾਂ ਜਿਹੜੀਆਂ ਹੈਗੀਆਂ ਇਸ ਸਿਰਫ ਅਛੂਤ ਹੋਣ ਦੇ ਨਾਤੇ ਲੋਕਾਂ ਦੀਆਂ ਜਾਂਦੀਆਂ, ਵੱਡੀਆਂ ਜਾਤਾਂ ਛੋਟੀਆਂ ਜਾਤਾਂ 'ਤੇ ਜ਼ੁਲਮ ਕਰਦੀਆਂ। ਉਹਦੇ 'ਤੇ ਭਗਤ ਸਿੰਘ ਨੇ 1928 ਦੇ ਵਿੱਚ ਇੱਕ ਲੇਖ ਲਿਖਿਆ ਅਛੂਤ ਦਾ ਸਵਾਲ। ਮੈਂ ਉਹਦੇ ਕੁਛ ਅੰਸ਼ ਜਿਹੜੇ ਹੈਗੇ ਆਪਣੇ ਸਰੋਤੇ ਨਾਲ ਸਾਂਝਾ ਕਰਨਾ ਚਾਹੁੰਦਾ, ਫਿਰ ਮੈਂ ਤੁਹਾਡੇ ਕੋਲੋਂ ਵੀ ਪੁੱਛੂੰਗਾ ਇਹਦੇ 'ਤੇ। ਭਗਤ ਸਿੰਘ ਦੇ ਉਸ ਲਿਖੇ ਹੋਏ ਅਛੂਤ ਦਾ ਸਵਾਲ ਦੇ ਹਿੱਸੇ ਵਿੱਚ ਉਹਨਾਂ ਉਹ ਕਹਿੰਦੇ ਆ ਵੀ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਦਲਿਤਾਂ ਦੇ ਬਾਰੇ ਗੱਲ ਕੀਤੀ, ਉਹ ਕਹਿੰਦੇ ਵੀ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਆਪਣੇ ਨੁਮਾਇੰਦੇ ਕਿਉਂ ਨਾ ਹੋਣ, ਉਹ ਆਪਣੀ ਵੱਖਰੀ ਤਾਦਾਦ ਕਿਉਂ ਨਾ ਮੰਗਣ। ਅਸੀਂ ਤਾਂ ਸਾਫ਼ ਕਹਿੰਦੇ ਹਾਂ, ਉੱਠੋ ਅਛੂਤ ਕਹਾਉਣ ਵਾਲਿਓ, ਅਸਲੀ ਸੇਵਕੋ ਅਤੇ ਵੀਰੋ, ਉੱਠੋ ਆਪਣਾ ਇਤਿਹਾਸ ਦੇਖੋ। ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੀ ਅਸਲ ਤਾਕਤ ਤੁਹਾਡੀ ਸੀ, ਸ਼ਿਵਾਜੀ ਤੁਹਾਡੇ ਆਸਰੇ ਹੀ ਸਭ ਕੁਛ ਕਰ ਸਕਿਆ, ਜਿਸ ਨਾਲ ਅੱਜ ਉਸ ਦਾ ਨਾਂ ਜਿੰਦਾ ਹੈ। ਤੁਹਾਡੀਆਂ ਕੁਰਬਾਨੀਆਂ ਸੋਨੇ ਅਤੇ ਅੱਖਰਾਂ ਵਿੱਚ ਲਿਖੀਆਂ ਹੋਈਆਂ ਹਨ, ਜੋ ਨਿਤ ਨਵਾਂ ਸੇਵਾ ਕਰਕੇ, ਕੌਮ ਦੇ ਸੁੱਖ ਵਿੱਚ ਵਾਧਾ ਕਰਕੇ ਅਤੇ ਜ਼ਿੰਦਗੀ ਮੁਮਕਿਨ ਬਣਾ ਕੇ ਇੱਕ ਬੜਾ ਭਾਰੀ ਆਸਾਨ ਕਰ ਰਹੇ ਹੋ, ਉਸ ਨੂੰ ਅਸੀਂ ਲੋਕੀ ਨਹੀਂ ਸਮਝਦੇ। ਇੰਤਕਾਲੇ ਅਰਾਜੀ ਐਕਟ ਦੇ ਮੁਤਾਬਕ ਤੁਸੀਂ ਪੈਸੇ ਇਕੱਠੇ ਕਰਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ। ਤੁਹਾਡੇ 'ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਅਮਰੀਕਾ ਦੀ ਮਿਸ ਮਿਓ ਮਨੁੱਖਾਂ ਨਾਲ ਬਹੁਤ ਹੇਠਾਂ ਕਹਿੰਦੀ ਹੈ, ਕਹਿੰਦੀ ਹੈ ਉੱਠੋ ਆਪਣੀ ਤਾਕਤ ਪਛਾਣੋ, ਜਥੇਬੰਦ ਹੋਵੋ। ਅਸਲ ਵਿੱਚ ਤੁਹਾਡੇ ਅਤੇ ਆਪਣੇ ਯਤਨ ਕੀਤਿਆਂ ਬਿਨਾਂ ਤੁਹਾਨੂੰ ਕੁਝ ਨਹੀਂ ਮਿਲ ਸਕਣਾ। ਆਜ਼ਾਦੀ ਦੀ ਖਾਤਰ ਆਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦੀ ਹੌਲੀ ਹੌਲੀ ਕੁਝ ਇਹੋ ਜਿਹੀ ਆਦਤ ਹੋ ਗਈ ਹੈ ਕਿ ਉਹ ਆਪਣੇ ਵਾਸਤੇ ਉਹ ਹੱਕ ਮੰਗਣਾ ਚਾਹੁੰਦਾ ਹੈ ਜਿਨ੍ਹਾਂ 'ਤੇ ਉਸਦਾ ਆਪਣਾ ਦਬਦਬਾ ਹੋਵੇ, ਉਹਨਾਂ ਨੂੰ ਹੀ ਉਹ ਪੈਰਾਂ ਥੱਲੇ ਰੱਖਣਾ ਚਾਹੁੰਦਾ ਹੈ। ਇਸ ਕਰਕੇ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆ ਕਰਦੇ, ਜਥੇਬੰਦ ਹੋ ਕੇ ਆਪਣੇ ਪੈਰਾਂ 'ਤੇ ਖਲੋ ਕੇ ਸਾਰੇ ਸਮਾਜ ਨੂੰ ਚੈਲੰਜ ਕਰ ਦਿਓ, ਦੇਖੋ ਫਿਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜ਼ੁਰਤ ਕਰ ਸਕੇਗਾ। ਤੁਸੀਂ ਲੋਕਾਂ ਦੀ ਖੁਰਾਕ ਨਾ ਬਣੋ,
ਦੂਜਿਆਂ ਦੇ ਮੂੰਹ ਵੱਲ ਨਾ ਤੱਕੋ ਪਰ ਖਿਆਲ ਰੱਖਣਾ ਨੌਕਰਸ਼ਾਹੀ ਦੇ ਝਾਂਸੇ ਵਿੱਚ ਨਾ ਆਉਣਾ। ਇਹ ਤੁਹਾਡੀ ਮਦਦ ਨਹੀਂ ਕਰਨਾ ਚਾਹੁੰਦੀ ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਹੈ। ਇਹ ਸਰਮਾਏਦਾਰੀ ਨੌਕਰਸ਼ਾਹੀ ਤੁਹਾਡੀ ਗੁਲਾਮੀ ਅਤੇ ਗਰੀਬੀ ਦਾ ਮੁੱਖ ਕਾਰਨ ਹੈ। ਦੇਖੋ ਜੀ, ਉਸ ਜ਼ਮਾਨੇ 'ਚ ਅੱਜ ਤੋਂ 90-92 ਸਾਲ ਪਹਿਲਾਂ ਲਿਖੀਆਂ ਹੋਈਆਂ ਉਹਨਾਂ ਦੀਆਂ ਆਹ ਸਤਰਾਂ ਅੱਜ ਵੀ ਬਿਲਕੁਲ ਪ੍ਰਸੰਗਕ ਆ। ਵੀ ਜਿਹੜੇ ਜੇ ਆਪਾਂ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦੇਖੀਏ, ਜਿਹੜੀਆਂ ਚੀਜ਼ਾਂ ਤੋਂ ਸਮਾਜ ਨੂੰ ਵਰਜਿਆ ਗਿਆ, ਜਿਹੜੀਆਂ ਅਸਲ 'ਚ ਸਮਾਜ ਦੀ ਪ੍ਰੋਬਲਮ ਜਿਹੜੀ ਆ, ਜਿਹੜੀ ਵੰਡ ਵਾ, ਜਾਤੀ ਵੰਡ ਆ, ਉਹਨੇ ਨੁਕਸਾਨ ਬਹੁਤ ਕੀਤਾ ਹੋਇਆ। ਅਤੇ ਭਗਤ ਸਿੰਘ ਦੇ ਜਿਹੜੇ ਵਿਚਾਰ ਆ, ਆ ਜਿਹੜੇ ਉਹਨਾਂ ਨੇ ਆਪਣੇ ਅਛੂਤ ਦਾ ਸਵਾਲ, ਉਹਦੇ 'ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਉਹਨਾਂ ਨੇ ਹਲਾਰਾ ਦਿੱਤਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਸ਼ਕਤੀ ਸੀਗੇ, ਤੁਸੀਂ ਸ਼ਿਵਾਜੀ ਮਹਾਰਾਜ ਦੀ ਤੁਸੀਂ ਸ਼ਕਤੀ ਸੀਗੇ। ਸੋ ਉਹਨਾਂ ਨੇ ਹਰ ਵਰਗ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਇੱਕ ਛੋਟੀ ਉਮਰ 'ਚ ਐਡਾ ਵੱਡਾ ਇਤਿਹਾਸ, ਦੁਨੀਆ ਭਰ ਦੇ ਇਤਿਹਾਸ ਦਾ ਗਿਆਨ ਰੱਖਣਾ ਇਹ ਕੋਈ ਆਮ ਬੰਦੇ ਦੀ ਗੱਲ ਨਹੀਂ, ਇੱਕ ਵਾਕਿਆ ਹੀ ਵਿਲੱਖਣ ਸ਼ਖਸੀਅਤ ਸੀ ਜੀ। ਮੈਂ ਬਿਲਕੁਲ ਇੰਨੀ, ਤੁਸੀਂ ਦੇਖੋ ਹੁਣ ਉਹਨਾਂ ਦੀ ਰਾਈਟਿੰਗ ਨੂੰ ਤੁਸੀਂ ਪੜ੍ਹ ਕੇ ਦੱਸਿਆ, ਕਿਹਾ ਕੋਈ ਇਹ ਬੰਦਾ ਸੋਚ ਸਕਦਾ ਕਿ ਇੱਕ 18-20 ਸਾਲ ਜਾਂ ਜਦੋਂ ਜੇਲ੍ਹ ਦੇ ਵਿੱਚ ਹੋਣਗੇ 21-22 ਸਾਲ ਦੇ ਮੁੰਡੇ ਦੀ ਇਹ ਰਾਈਟਿੰਗ ਹੈ। ਯਾਨੀ ਕਿ ਉਹ ਇੰਨਾ ਵੱਡਾ ਗਿਆਨ ਧਿਆਨ ਰੱਖਣ ਵਾਲਾ ਬੰਦਾ ਔਰ ਪੂਰੀ ਦੁਨੀਆ ਤੋਂ ਬਾਖਬਰ ਬੰਦਾ ਔਰ ਇਸ ਸਭ ਕੰਟੀਨੈਂਟ ਦੀ ਇੱਕ ਐਸੀ ਇੱਕ ਮੈਜੋਰਟੀ ਦੀ ਪਾਪੂਲੇਸ਼ਨ ਹੈ ਜਿਹੜੀ ਬੜੀ ਡਿਪਰਾਈਵ ਹੈ, ਜਿਨ੍ਹਾਂ ਦੇ ਕੋਈ ਹੱਕ ਹਕੂਕ ਨਹੀਂ ਹੈ, ਉਹ ਉਹਨਾਂ ਦੀ ਆਵਾਜ਼ ਬਣ ਕੇ ਉੱਠਦਾ ਔਰ ਐਗਜ਼ੈਂਪਲ ਦੇ ਤੌਰ 'ਤੇ ਕੋਟ ਕਰਦਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਦਸਵੇਂ ਗੁਰੂ ਜੀ ਤੱਕ ਦੀ ਉਹ ਐਗਜ਼ੈਂਪਲ ਵਿੱਚ ਕੋਟ ਕਰ ਰਿਹਾ। ਸੋ ਇਸ ਕਰਕੇ ਜਿਹੜੇ ਬੰਦੇ ਉਹਨੂੰ ਕਹਿੰਦੇ ਨਾ ਕਿ ਉਹ ਕੱਟਰ ਕਿਸਮ ਦਾ ਇੱਕ ਬੰਦਾ ਸੀ, ਉਹ ਤਾਂ ਬਿਲਕੁਲ ਧਰਮ, ਉਹਨੇ ਧਰਮ ਨੂੰ ਵੀ ਪੜਿਆ ਹੋਇਆ ਸੀ, ਉਹ ਧਰਮ ਨੂੰ ਜਾਣਦਾ ਸੀ, ਉਹ ਧਰਮ ਦੀ ਅਸਲ ਰੂਹ ਨੂੰ ਜਾਣਦਾ ਸੀ। ਉਹ ਕੋਈ ਪਖੰਡੀ ਧਰਮ ਦੀ ਬੰਦਾ ਨਹੀਂ ਸੀ, ਉਹ ਜਾਣਦਾ ਸੀ ਕਿ ਜਿਵੇਂ ਦੱਸਿਆ ਗੁਰੂ ਜੀ ਨੇ ਇੱਕ ਪੂਰਾ ਇੱਕ ਉਹਨਾਂ ਨੇ ਇੱਕ ਲੜਾਈ ਲੜੀ ਸੀ ਇੱਕ ਜ਼ੁਲਮ ਦੇ ਖਿਲਾਫ, ਉਹਦੇ ਵਿੱਚ ਬੇਸ਼ੱਕ ਉਹ ਮੁਗਲ ਵੀ ਸ਼ਾਮਿਲ ਸੀ ਜਾਂ ਪਹਾੜੀ ਰਾਜੇ ਸੀ ਜਿਹੜੇ ਸੀ, ਤੇ ਇਸ ਤਰ੍ਹਾਂ ਉਹ ਸਮਝਦਾ ਸੀ ਕਿ ਨਿਹਰਾ ਹੱਥ ਤੇ ਹੱਥ ਧਰ ਕੇ ਨਹੀਂ ਹੋਣਾ, ਇਹ ਤਾਂ ਕੁਛ ਕਰਨਾ ਪੈਣਾ, ਇਹ ਸਮਾਜ ਨੂੰ ਉੱਠਣਾ ਪੈਣਾ, ਡਿਪਰਾਈਵ ਕਮਿਊਨਿਟੀ ਨੂੰ ਆਪਣੇ ਹੱਕਾਂ ਲਈ ਉੱਠਣਾ ਪੈਣਾ। ਮੈਨੂੰ ਤਾਂ ਸੱਚੀ ਗੱਲ ਇੱਕ ਏਦਾਂ ਲੱਗਦਾ ਕਿ ਜਿੱਦਾਂ ਭਗਤ ਸਿੰਘ ਉਸ ਟਾਈਮ ਮੇਰੀਆਂ ਗੱਲਾਂ ਕਰ ਰਿਹਾ ਸੀ, ਮੈਂ ਆਪਣੀ ਪਰਸਨਲ ਜ਼ਿੰਦਗੀ ਸ਼ੇਅਰ ਕਰਾਂਗਾ ਕਿ ਮੈਂ ਹੁਸ਼ਿਆਰਪੁਰ 2 ਵਾਰੀ ਗਿਆ ਔਰ ਮੇਰੀ ਪਰਸਨਲ ਰਿਸਰਚ ਇਹ ਕਹਿੰਦੀ ਹੈ ਕਿ ਅਸੀਂ ਵੀ ਛੋਟੀ ਜਾਤੀ ਦੇ ਹਿੰਦੂ ਸੀ, ਮੇਰੀ ਫੈਮਿਲੀ ਛੋਟੀ ਜਾਤੀ ਦੇ ਹਿੰਦੂ ਸੀ ਔਰ ਬਾਬਾ ਫਰੀਦ ਜੀ ਦੇ ਦੌਰ ਦੇ ਵਿੱਚ ਜਦੋਂ ਉਹਨਾਂ ਦੇ ਭਾਂਜੇ ਹੁਸ਼ਿਆਰਪੁਰ ਹਜ਼ਰਤ ਸ਼ਾਹ ਨੂਰ ਜਮਾਲ ਆਏ ਤਾਂ ਅਸੀਂ ਉਹਨਾਂ ਨੂੰ ਦੇਖ ਕੇ ਮੁਸਲਮਾਨ ਹੋਏ। ਯਾਨੀ ਕਿ ਅਸੀਂ ਇੰਨੇ ਉਸ ਵਕਤ ਉਸ ਘੁੱਟਣ ਦੇ ਮਾਹੌਲ ਵਿੱਚ ਸੀ, ਸਾਡੇ ਕੋਈ ਹੱਕ ਹਕੂਕ ਨਹੀਂ ਸੀ, ਤਾਂ ਉਹ ਜਿਹੜੀ ਚੱਕਰ ਚੱਲਦਾ ਆ ਰਿਹਾ ਸੀ ਤਾਂ ਭਗਤ ਸਿੰਘ ਤਾਂ ਉਹਨਾਂ ਦੀ ਆਵਾਜ਼ ਬਣ ਗਿਆ। ਇੱਕ ਪਾਸੇ ਲੱਗਦਾ ਕਿ ਉਹ ਉਸ ਜਿਹੜਾ ਇਕਨੋਮਿਕ ਸਿਸਟਮ ਦੀ ਖਰਾਬੀਆਂ ਭਗਤ ਸਿੰਘ ਉਹਦੇ ਖਿਲਾਫ਼ ਬੋਲ ਰਿਹਾ, ਅਗਰ ਕੋਈ ਰਿਲੀਜੀਅਸ ਸਿਸਟਮ 'ਚ ਖਰਾਬੀਆਂ ਤਾਂ ਭਗਤ ਸਿੰਘ ਉਹਦੇ ਖਿਲਾਫ਼ ਬੋਲ ਰਿਹਾ, ਅਗਰ ਕੋਈ ਕਿਸੇ ਕੋਈ ਡਿਪਰਾਈਵ ਸੋਸਾਇਟੀ ਦੇ ਵਿੱਚ ਕੋਈ ਫਿਰਕਾ ਕੋਈ ਲੋਕ ਹੈ ਕੋਈ ਕਮਿਊਨਿਟੀ ਹੈ, ਭਗਤ ਸਿੰਘ ਉਹਨਾਂ ਦੀ ਆਵਾਜ਼ ਬਣਿਆ ਹੋਇਆ। ਹਰ ਪਾਸੇ ਜਿੱਧਰ ਤੁਸੀਂ ਆਵਾਜ਼ ਚੱਕ ਕੇ ਦੇਖਦੇ ਆ ਤਾਂ ਤੁਹਾਨੂੰ ਇਹੀ ਨਜ਼ਰ ਆਉਂਦਾ, ਚਾਰ ਚੁਫੇਰੇ ਉਸ ਦੌਰ ਦੇ ਵਿੱਚ ਭਗਤ ਸਿੰਘ ਹੈ, ਉਹ ਕਿਸੇ ਕਿਸਾਨ ਦੀ ਆਵਾਜ਼, ਮਜ਼ਦੂਰ ਦੀ ਆਵਾਜ਼, ਕਮਿਊਨਿਟੀ ਦੇ ਹਰ ਲੈਵਲ ਦੀ ਆਵਾਜ਼ ਉਹ ਬਣ ਕੇ ਉਭਰਿਆ ਔਰ ਉਹਨੇ ਇੱਕ ਐਸੀ ਐਗਜ਼ੈਂਪਲ ਕੋਟ ਕਰ ਦਿੱਤੀ ਔਰ ਅੱਜ ਜਿਹਨੂੰ ਅਸੀਂ ਉਰਦੂ ਦੇ ਵਿੱਚ ਬੋਲੇ ਜਾਂਦੇ ਕਿ ਮਛਲੇ ਰਾਹ ਹੈ, ਉਹ ਸਾਡੇ ਸਾਹਮਣੇ ਇੱਕ ਮਿਸਾਲ ਫੜ ਕੇ ਸਾਡੇ ਅੱਗੇ ਚੱਲ ਰਿਹਾ ਔਰ ਸਾਨੂੰ ਉਹਦੀ ਪੈੜ ਨੱਪਣੀ ਪੈਣੀ ਹੈ ਤਾਂ ਕਿ ਉਹਦੇ ਪਿੱਛੇ ਚੱਲਦਿਆਂ ਹੋਇਆਂ ਉਸ ਮੰਜ਼ਿਲ ਤੱਕ ਪਹੁੰਚ ਸਕੀਏ। ਗੋ ਕਿ ਸਾਨੂੰ ਆਜ਼ਾਦੀ ਮਿਲ ਗਈ, ਉਸ ਸਾਮਰਾਜ ਤੋਂ ਤਾਂ ਅਸੀਂ ਆਜ਼ਾਦੀ ਲੈ ਲਈ, ਲੇਕਿਨ ਉਹਦੀ ਜਿਹੜੇ ਉਹਨੇ ਆਪਣੀ ਰਾਈਟਿੰਗ ਦੇ ਵਿੱਚ ਦੱਸਿਆ ਨਾ ਵੀ ਜਿਹੜੀ ਨੌਕਰਸ਼ਾਹੀ ਹੈ ਇਹ ਤੁਹਾਡੇ ਲਈ ਕੁਛ ਨਹੀਂ ਕਰੇਗੀ, ਤਾਂ ਉਹੀ ਅੰਗਰੇਜ਼ਾਂ ਦੇ ਪੈਦਾ ਕੀਤੇ ਹੋਏ ਨੌਕਰ ਹੈ, ਉਹ ਭਾਵੇਂ ਵਰਲਡ ਬੈਂਕ ਹੈ, ਭਾਵੇਂ ਏਸ਼ੀਅਨ ਬੈਂਕ ਹੈ ਜਾਂ ਜੋ ਵੀ ਹੈ, IMF ਹੈ, ਉਹ ਸਾਨੂੰ ਕਰਜ਼ੇ ਦਿੰਦੇ ਔਰ ਸਾਨੂੰ ਉਹਨਾਂ ਕੁ ਜੀਣ ਦੇ ਰਹੇ ਹੈ, ਯਾਨੀ ਸਾਨੂੰ ਉਹ ਮਰਨ ਵੀ ਨਹੀਂ ਦਿੰਦੇ, ਮਰਨ ਲੱਗਦੇ ਆ ਤਾਂ ਸਾਡੇ ਮੂੰਹ 'ਚ ਉਹ ਚੰਦ ਕਤਰੇ ਪਾਣੀ ਦੇ ਪਾ ਦਿੰਦੇ ਆ, ਲੇਕਿਨ ਉਹਨਾਂ ਨੇ ਸਾਨੂੰ ਆਪਣਾ ਮੁਆਸ਼ੀ ਤੌਰ 'ਤੇ ਇਕਨੋਮਿਕਲੀ ਆਪਣਾ ਗੁਲਾਮ ਬਣਾਇਆ ਹੋਇਆ, ਤਾਂ ਉਹ ਸਾਰੇ ਸਿਸਟਮ ਦੀਆਂ ਗੱਲਾਂ ਅਸੀਂ, ਮੈਂ ਤਾਂ ਇੱਦਾਂ ਸਮਝਦਾ ਕਿ ਉਹ 100 ਸਾਲ ਪਹਿਲੇ ਸਾਰੇ ਸਿਸਟਮ ਦੀ ਪ੍ਰੈਡਿਕਸ਼ਨ ਕਰ ਰਿਹਾ ਸੀ ਕਿ ਸਾਡੇ ਨਾਲ ਕੀ ਹੋਣ ਜਾ ਰਿਹਾ। ਯਾਨੀ ਕਿ ਅਗਰ ਬ੍ਰਿਟਿਸ਼ ਸਾਮਰਾਜ ਚਲਾ ਵੀ ਗਿਆ ਤੇ ਜਿਹੜੀ ਨੌਕਰਸ਼ਾਹੀ ਉਹਦੇ ਪੈਦਾ ਕਰਦਾ ਜਿਹੜਾ ਸਿਸਟਮ ਔਰ ਉਸ ਸਿਸਟਮ ਦੇ ਲੋਕ ਇੱਥੇ ਰਹਿ ਜਾਣਗੇ, ਉਹ ਸਾਨੂੰ ਕੁਛ ਨਹੀਂ ਕਰਨ ਦੇਣਗੇ, ਤਾਂ ਅੱਜ ਫਿਰ ਉਸ ਭਗਤ ਸਿੰਘ ਦੀ ਮੈਂ ਜਿੱਦਾਂ ਕਿ ਪਹਿਲੇ ਜ਼ਿਕਰ ਕੀਤਾ ਕਿ ਉਸ ਭਗਤ ਸਿੰਘ ਦੀ ਅੱਜ ਫਿਰ ਇਸ ਧਰਤੀ ਨੂੰ, ਇਸ ਪੰਜਾਬ ਨੂੰ, ਇਸ ਸਭ ਕੰਟੀਨੈਂਟ ਨੂੰ ਲੋੜ ਹੈ ਕਿ ਅੱਜ ਫਿਰ ਉਹ ਸਾਡੀ ਆਵਾਜ਼ ਬਣੇ, ਉਹ ਮਜ਼ਲੂਮ ਪਿਸੇ ਹੋਏ ਗਰੀਬ ਲੋਕਾਂ ਦੀ ਆਵਾਜ਼ ਬਣੇ
ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ, ਉਹਨਾਂ ਦੀ ਆਵਾਜ਼ ਬਣੇ, ਮਜ਼ਦੂਰਾਂ ਦੀ, ਕਿਸਾਨਾਂ ਦੀ, ਔਰ ਜਿਹੜੇ ਦਿੱਲੀ 'ਚ ਕਿਸਾਨ ਪਿਛਲੇ 3 ਮਹੀਨੇ ਤੋਂ ਬੈਠੇ ਆ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ। ਦੇਖੋ ਅੱਜ ਦੀ ਦੁਨੀਆ ਜਿਹਨੂੰ ਮਾਡਰਨ ਦੁਨੀਆ ਔਰ ਸਿਵਿਲਾਈਜ਼ਡ ਦੁਨੀਆ ਕਿਹਾ ਜਾਂਦਾ, ਕੋਈ ਬੰਦਾ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਕੋਈ ਉਹਨਾਂ ਦੇ ਮੁੱਦੇ ਤੇ ਬੋਲਣ ਨੂੰ ਤਿਆਰ ਨਹੀਂ। ਯਾਨੀ ਕਿ ਮੋਦੀ ਸਰਕਾਰ ਦੇ ਉੱਤੇ ਉਹਨਾਂ ਦਾ ਅਸਰ ਤੱਕ ਨਹੀਂ ਹੋ ਰਿਹਾ ਕਿ ਯਾਰ ਉਹ ਖੁਦ ਚੱਲ ਕੇ ਆ ਜਾਏ, ਉਹਨਾਂ ਨੂੰ ਇੱਕ ਝੂਠੇ ਸੱਚੇ ਹੋ ਕੇ ਇੱਕ ਵਾਰੀ ਪੁੱਛੇ ਤਾਂ ਸਹੀ, ਭਾਈ ਮੈਨੂੰ ਦੱਸੋ ਤੁਹਾਡਾ ਮਸਲਾ ਕੀ ਹੈ, ਮੈਂ ਤੁਹਾਡਾ ਮਸਲਾ ਹੱਲ ਕਰਾਂਗਾ, ਕੋਈ ਝੂਠੀ ਤਸੱਲੀ ਦੇਵੇ। ਲੇਕਿਨ ਪਤਾ ਨੀ ਸਾਰੀ ਸਿਵਿਲਾਈਜ਼ ਦੁਨੀਆ ਕਿੱਥੇ ਸੁੱਤੀ ਹੋਈ ਪਈ ਹੈ, ਇੱਕ ਲੋਕ ਤਾਂ ਉਹਨਾਂ ਨਾਲ ਜੁੜੇ ਹੋਏ ਆ। ਮਨੀਸ਼ ਜੀ ਦੇਖੋ, ਇੱਕ ਸਭ ਤੋਂ ਜਿਹੜੀ ਤਰਾਸ਼ਦੀ ਆ ਕਮਿਊਨਿਟੀ ਦੀ, ਉਹ ਚਾਹੇ ਪਾਕਿਸਤਾਨ 'ਚ ਰਹਿੰਦੀ ਹੈ ਜਾਂ ਭਾਰਤ 'ਚ ਰਹਿੰਦੀ ਹੈ, ਤਰਾਸ਼ਦੀ ਇਹ ਹੈ ਵੀ ਦੇਖੋ ਸ਼ਹੀਦ ਭਗਤ ਸਿੰਘ ਦਾ ਅੱਜ ਦਿਨ ਆ, ਉਹਨੂੰ ਚੋਰ ਵੀ ਮਨਾ ਰਿਹਾ, ਉਹਨੂੰ ਸਾਧ ਵੀ ਮਨਾ ਰਿਹਾ, ਉਹਨੂੰ ਜਿਹੜੀਆਂ ਘੱਟ ਗਿਣਤੀ ਜਮਾਤਾਂ ਆ ਜਾਂ ਜਿਹੜੀਆਂ ਜ਼ੁਲਮ ਸਹਿ ਰਹੀਆਂ ਜਮਾਤਾਂ ਉਹ ਵੀ ਮਨਾ ਰਹੀਆਂ, ਅਤੇ ਜਿਹੜੇ ਜ਼ੁਲਮ ਕਰ ਰਹੇ ਆ ਉਹ ਵੀ ਇਸੇ ਅਡੰਬਰ ਨੂੰ ਰਚ ਰਿਹਾ, ਉਹ ਵੀ ਇਹੀ ਪਖੰਡ ਕਰ ਰਿਹਾ, ਉਹ ਭਗਤ ਸਿੰਘ ਦੇ ਕਿਸੇ ਇੱਕ ਵੀ ਸ਼ਬਦ 'ਤੇ ਪਹਿਰਾ ਨਹੀਂ ਦੇ ਰਿਹਾ। ਪਰ ਦੂਜੇ ਪਾਸੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀਆਂ ਤੱਕ ਸਾਰੇ ਭਗਤ ਸਿੰਘ ਦੇ ਮਰੀਦ ਬਣ ਕੇ ਦਿਖਾ ਰਿਹਾ। ਜੀ ਦੇਖੋ, ਇਹ ਹੁੰਦੀ ਉਰਦੂ 'ਚ ਇੱਕ ਮੁਹਾਵਰਾ ਬੋਲਿਆ ਜਾਂਦਾ, ਸਸਤੀ ਸ਼ੋਹਰਤ ਹਾਸਲ ਕਰਨਾ। ਹੁਣ ਇਹ ਕਿੱਦਾਂ ਹੋ ਸਕਦਾ? ਭਗਤ ਸਿੰਘ ਇੱਕ ਗਰੀਬ ਦੀ ਆਵਾਜ਼ ਤਾਂ ਹੋ ਸਕਦਾ, ਡਿਪਰਾਈਵ ਸੋਸਾਇਟੀ ਦੀ ਆਵਾਜ਼ ਤਾਂ ਹੋ ਸਕਦਾ, ਉਹ ਮਹਿਲਾ ਮਾੜੀਆਂ ਵਾਲਿਆਂ ਦੀ ਕਿੱਦਾਂ ਆਵਾਜ਼ ਹੋ ਸਕਦਾ? ਇੰਪੀਰੀਅਲਿਜ਼ਮ ਦੀ ਆਵਾਜ਼ ਕਿੱਦਾਂ ਭਗਤ ਸਿੰਘ ਹੋ ਸਕਦਾ? ਕਾਰਪੋਰੇਟ ਸੈਕਟਰ ਵਾਲਾ ਜਗ ਅਗਰ ਭਗਤ ਸਿੰਘ ਦੀ ਗੱਲ ਕਰਦਾ ਤਾਂ ਉਹਦੇ ਮੂੰਹ ਤੋਂ ਕਿੱਦਾਂ ਉਹ ਆਵਾਜ਼ ਨਿਕਲਦੀ ਭਗਤ ਸਿੰਘ ਦੀ? ਭਗਤ ਸਿੰਘ ਤਾਂ ਇੱਕ ਪਿੱਛੇ ਹੋਏ ਤਬਕੇ ਦੀ, ਮਜ਼ਲੂਮ ਤਬਕੇ ਦੀ, ਜਿਹੜਾ ਰੋਟੀ ਤੋਂ, ਦੇਖੋ ਅੱਜ ਗੱਲ ਹੋ ਰਹੀ ਹੈ ਤੇ ਮੈਂ ਗੱਲ ਕਰਾਂਗਾ ਰਵਿਦਾਸ ਜੀ ਦਾ, ਉਹ ਹੈ ਨਾ ਸ਼ਬਦ ਕੇ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ। ਤਾਂ ਉਹ ਇੱਕ ਗਰੀਬ ਤਾਂ ਕਹਿ ਸਕਦਾ ਕਿ ਭਗਤ ਸਿੰਘ ਮੇਰਾ ਹੀਰੋ ਹੈ ਜਾਂ ਮੇਰੀ ਆਵਾਜ਼ ਹੈ, ਲੇਕਿਨ ਜਿਹੜੇ ਇੰਪੀਰੀਅਲਿਜ਼ਮ ਦੇ ਅੱਜ ਨੁਮਾਇੰਦੇ ਹੈ ਜਾਂ ਜਿਹੜਾ ਇੱਕ ਸਿਸਟਮ ਪੂਰੀ ਦੁਨੀਆ ਦੇ ਉੱਤੇ ਇਸ ਟਾਈਮ ਬਣਿਆ ਪਿਆ, ਅਗਰ ਉਹ ਕਹਿਣ ਕਿ ਭਗਤ ਸਿੰਘ ਸਾਡਾ ਹੀਰੋ ਹੈ ਤਾਂ ਉਹ ਇੱਕ ਸਮੇਂ ਲੋਕੇ ਇੱਕ ਪਖੰਡ ਕਰ ਰਹੇ, ਜਿੱਦਾਂ ਮਜ਼ਹਬਾਂ 'ਚ ਧਰਮਾਂ 'ਚ ਪਖੰਡ ਹੋ ਰਿਹਾ ਨਾ, ਇਸੇ ਤਰ੍ਹਾਂ ਸਾਡੀ ਪੋਲੀਟਿਕਸ ਹੋ ਰਾਜਨੀਤੀ ਦੇ ਵਿੱਚ ਵੀ ਇੱਕ ਪਖੰਡ ਹੋ ਰਿਹਾ ਕਿ ਜ਼ੁਲਮ ਕਰਨ ਵਾਲਾ ਵੀ ਅੱਜ ਕਹਿ ਰਿਹਾ ਕਿ ਮੈਂ ਭਗਤ ਸਿੰਘ ਦੀ ਆਵਾਜ਼ ਹਾਂ, ਭਗਤ ਸਿੰਘ ਮੇਰੇ ਨਾਲ ਖੜਾ, ਮੈਨੂੰ ਭਗਤ ਸਿੰਘ ਨਾਲ ਪਿਆਰ ਹੈ, ਮੈਨੂੰ ਉਹਦੇ ਨਜ਼ਰੀਆਤ ਨਾਲ, ਉਹਦੀ ਆਈਡੀਓਲੋਜੀ ਨਾਲ ਪਿਆਰ ਹੈ, ਤਾਂ ਉਹ ਸਿਰਫ ਇੱਕ ਪਖੰਡ ਤੋਂ ਜ਼ਿਆਦਾ ਕੁਛ ਨਹੀਂ ਹੈ। ਜੀ ਬਿਲਕੁਲ, ਉਹਨਾਂ ਨੇ ਭਗਤ ਸਿੰਘ ਹੁਣਾਂ ਨੇ, ਜਦੋਂ ਆਪਾਂ ਉਹਨਾਂ ਦੀ ਗੱਲਬਾਤ ਕਰਦੇ ਹਾਂ, ਉਹਨਾਂ ਨੇ ਉਸ ਵਕਤ ਦਾ ਜਿਹੜਾ ਸਿਸਟਮ ਸੀਗਾ ਉਹਦੇ ਖਿਲਾਫ ਬੜੀ ਤਕੜੇ ਹੋ ਕੇ ਆਵਾਜ਼ ਉਠਾਈ। ਦੇਖੋ ਵੋਟ ਪਾਉਣ ਦਾ ਅਧਿਕਾਰ ਦੇ ਉੱਤੇ ਉਹਨਾਂ ਨੇ ਇੱਕ, ਉਹਨਾਂ ਦੇ ਇੱਕ ਕਿਤਾਬ ਦਾ ਅੰਸ਼ ਆ, ਉਹਨਾਂ ਨੇ ਉੱਥੇ ਤੱਕਰ ਕਿਹਾ ਵੀ ਅਸੀਂ ਬਾਲਗ ਚੋਣਾਂ ਦੀ ਗੁੰਜਾਇਸ਼ ਤੋਂ ਦੇਖ ਸਕਦੇ ਹਾਂ, ਜਾਇਦਾਦ ਮਾਲਕੀ ਦੀ ਧਾਰਾ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਵਿਆਪਕ ਵੋਟ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ, ਹਰ ਬਾਲਗ ਇਸਤਰੀ ਪੁਰਸ਼ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ ਹੈ। ਹੁਣ ਤਾਂ ਅਸੀਂ ਸਿਰਫ ਇਹ ਦੇਖ ਸਕਦੇ ਹਾਂ ਕਿ ਵੋਟ ਅਧਿਕਾਰ ਕਿਸ ਹੱਦ ਤੱਕ ਦਿੱਤੇ ਜਾਂਦੇ ਹਨ। ਉਹਨਾਂ ਦੀ ਜਿਹੜੀ ਉਹਨਾਂ ਦੀ ਭਾਵਨਾ ਸੀਗੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੀ, ਉਹਨਾਂ ਨੇ ਜਦੋਂ ਜਿਹੜੇ ਸੂਬੇ ਸੀ, ਸੂਬਿਆਂ ਨੂੰ ਜਦੋਂ ਖੁਦ ਮੁਖਤਿਆਰੀ ਦੇਣ ਦੀ ਗੱਲ ਆਉਂਦੀ ਸੀ ਤਾਂ ਉਹਨਾਂ ਨੇ ਕਿਹਾ ਨਾ, ਉਹਨਾਂ ਦੇ 3 ਕੁ ਲਾਈਨਾਂ ਬੜੀਆਂ ਕਾਬਲੇ ਗੌਰ ਆ। ਉਹ ਕਹਿੰਦੇ ਆ ਵੀ ਮੈਂ ਇੱਥੇ ਸਬਾਈ ਖੁਦ ਮੁਖਤਿਆਰੀ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ, ਜੋ ਕੁਝ ਮੈਂ ਸੁਣਿਆ ਹੈ ਉਸ ਦੇ ਆਧਾਰ 'ਤੇ ਮੈਂ ਕਹਿ ਸਕਦਾ ਹਾਂ ਕਿ ਉੱਪਰੋਂ ਠੋਸਿਆ ਗਵਰਨਰ, ਜਿੱਦਾਂ ਅੱਜ ਕੱਲ੍ਹ ਗਵਰਨਰ ਆਪਣੇ ਦੇਸ਼ਾਂ ਦੇ ਵਿੱਚ ਚੱਲਦੇ ਆ, ਉਹ ਕਹਿੰਦੇ ਉੱਪਰੋਂ ਉਸ ਵਕਤ ਅੱਜ ਤੋਂ 90-92 ਸਾਲ ਪਹਿਲਾਂ ਦੀ ਲਿਖੀ ਹੋਈ ਲਿਖਤ ਅੱਜ ਹੂਬੂ ਪੂਰੀ ਪ੍ਰਸੰਗਕ ਅੱਜ ਵੀ, ਉਹ ਕਹਿੰਦੇ ਆ ਉੱਪਰੋਂ ਠੋਸਿਆ ਗਵਰਨਰ ਜਿਸ ਨੂੰ ਅਸੈਂਬਲੀ ਤੋਂ ਉੱਪਰੋਂ ਖਾਸ ਤਾਕਤਾਂ ਦਿੱਤੀਆਂ ਹੋਣ, ਤਾਨਾ ਸ਼ੋ ਤੋਂ ਘੱਟ ਸਾਬਤ ਨਹੀਂ ਹੋਵੇਗਾ। ਆਪਾਂ ਨੂੰ ਸਬਾਈ ਖੁਦ ਮੁਖਤਿਆਰੀ ਨਾ ਕਹਿ ਕੇ, ਆਪਾਂ ਇਸ ਨੂੰ ਸਬਾਈ ਖੁਦ ਮੁਖਤਿਆਰੀ ਨਾ ਕਹਿ ਕੇ ਸਬਾਈ ਜ਼ੁਲਮ ਕਹੀਏ, ਇਸ ਰਾਜ ਦੀਆਂ ਸੰਸਥਾਵਾਂ ਦਾ ਅਜੀਬ ਜਮਹੂਰੀਕਰਨ ਹੈ। ਮਤਲਬ ਜਿਹੜੀ ਡੈਮੋਕ੍ਰੇਸੀ ਦੇ ਉੱਤੇ ਬੜੀ ਤਕੜੀ ਚੋਟ ਜਿਹੜੀ ਆ 92 ਸਾਲ ਪਹਿਲਾਂ ਇਸ ਤਰ੍ਹਾਂ ਦੇ ਇਸ ਤਰੀਕੇ ਦਾ ਜਿਹੜਾ ਵਰਤਾਰਾ ਆ ਉਹਦੇ 'ਤੇ ਸ਼ਹੀਦ ਭਗਤ ਸਿੰਘ ਨੇ ਉਸ ਵਕਤ ਕੀਤਾ, ਕਿੰਨਾ ਦੂਰ ਅੰਦੇਸ਼ੀ, ਕਿੰਨਾ ਦੂਰਦਰਸ਼ੀ ਉਹ ਵਿਅਕਤੀ ਸੀ ਉਸ ਵਕਤ, ਮੈਨੂੰ ਸਾਰੀ ਸਮਝ ਸੀਗੀ ਵੀ ਆਹ ਜਿਹੜਾ ਸਰਮਾਏਦਾਰੀ ਆ ਉਹ ਲੋਕਾਂ ਦੇ ਉੱਤੇ ਜ਼ੁਲਮ ਕਿਵੇਂ ਕਰਦੀ ਹੈ। ਜੀ ਬਿਲਕੁਲ, ਮੈਂ ਜਿੱਦਾਂ ਗੱਲ ਕੀਤੀ ਕਿ ਇਹ ਜਿਹੜੀ ਇੰਪੀਰੀਅਲਿਜ਼ਮ ਔਰ ਕੈਪੀਟਲਿਜ਼ਮ ਇਸ ਟਾਈਮ ਦੁਨੀਆ ਦੇ ਵਿੱਚ ਆ, ਉਹ ਅੱਜ ਤੋਂ 90-92 ਸਾਲ ਪਹਿਲੇ ਦੇਖ ਰਿਹਾ ਸੀ ਦੁਨੀਆ ਨਾਲ ਕੀ ਵਾਪਰ ਰਿਹਾ ਔਰ ਦੁਨੀਆ ਨਾਲ ਕੀ ਹੋਣ ਜਾ ਰਿਹਾ। ਇੱਕ 20-21 ਸਾਲ ਦੀ ਉਮਰ ਦਾ ਮੁੰਡਾ ਹੋਵੇ ਔਰ ਇੰਨਾ ਉਹਨੂੰ ਰੱਬ ਨੇ ਦਿਮਾਗ ਦਿੱਤਾ ਹੋਵੇ ਕਿ ਉਹ ਕਿੰਨੀ ਦੂਰ ਦੀ ਸੋਚ 100 ਸਾਲ ਬਾਅਦ ਆਉਣ ਜੋ ਅੱਜ ਵਾਪਰ ਰਿਹਾ, ਏਦਾਂ ਲੱਗ ਰਿਹਾ ਜਿੱਦਾਂ ਭਗਤ ਸਿੰਘ ਦੀ ਰਾਈਟਿੰਗ ਨਹੀਂ, ਉਹ ਖੁਦ ਸਾਡੇ ਨਾਲ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਆਹ ਹੋ ਰਿਹਾ ਔਰ ਆਹ ਹੋਣ ਜਾ ਰਿਹਾ।
ਤੋ ਇਸ ਕਰਕੇ ਉਹ ਤਾਂ ਇੱਕ ਬਹੁਤ ਜਿਹਨੂੰ ਸਹੀ ਮਾਨਿਆਂ ਦੇ ਵਿੱਚ ਮਹਾਂਪੁਰਸ਼ ਦਾ ਜਿਹੜਾ ਲਫ਼ਜ਼ ਹੈ, ਪੁਰਖ ਦਾ ਜਿਹੜਾ ਲਫ਼ਜ਼ ਹੈ, ਉਸ ਬੰਦੇ ਲਈ ਮੈਂ ਤਾਂ ਕਹਿਣਾ ਬਣਿਆ ਕਿ ਉਹ ਉਸ ਵਕਤ ਬੈਠਾ ਔਰ ਇੰਨੀ ਦੂਰ। ਦੇਖੋ ਲੀਡਰ ਕਿਹਨੂੰ ਕਹਿੰਦੇ ਆ, ਲੀਡਰ ਕਹਿੰਦੇ ਹੀ ਉਹਨੂੰ ਹੈ, ਯੋਧਾ ਕਹਿੰਦੇ ਜਿਹੜਾ ਦੀਵਾਰ ਦੇ ਦੂਸਰੇ ਪਾਰ ਦੇਖ ਸਕੇ, ਦੀਵਾਰ ਦੇ ਆਰ ਤਾਂ ਸਭ ਨੂੰ ਨਜ਼ਰ ਆ ਰਿਹਾ, ਉਹਦੇ ਪਾਰ ਕੀ ਹੋ ਰਿਹਾ, ਉਹ ਇੰਨਾ ਵਿਜ਼ਨਰੀ ਹੋਣਾ ਚਾਹੀਦਾ। ਤੇ ਉਹਦੇ ਵਿਜ਼ਨ ਦਾ ਤੁਸੀਂ ਅੰਦਾਜ਼ਾ ਲਗਾਓ ਕਿ ਅਗਰ ਉਹ ਜੀ ਜਾਂਦਾ ਕੁਛ ਅਰਸਾ ਤਾਂ ਉਹ ਸ਼ਾਇਦ ਦੁਨੀਆਂ ਦੇ ਉੱਤੇ ਇੱਕ ਹੋਰ ਕਿਸਮ ਦਾ ਇਨਕਲਾਬ ਬਰਪਾ ਕਰ ਜਾਂਦਾ, ਔਰ ਜਿਹੜਾ ਆਜ਼ਾਦੀ ਦਾ ਪੈਂਡਾ ਸਾਨੂੰ ਇੰਨਾ ਲੰਮਾ ਤੈਅ ਕਰਨਾ ਪਿਆ ਔਰ ਇਸ ਸ਼ਕਲ ਦੇ ਵਿੱਚ ਮਿਲੀ। ਆਜ਼ਾਦੀ ਤਾਂ ਜ਼ਰੂਰ ਸਾਨੂੰ ਮਿਲਦੀ, ਲੇਕਿਨ ਉਹਦੀ ਸ਼ਾਇਦ ਕੋਈ ਸ਼ਕਲ ਔਰ ਉਹਦੀ ਕੋਈ ਸੋਚ ਸਾਡੀ ਬਿਲਕੁਲ ਹੋਰ ਹੋਣੀ ਸੀ ਅਗਰ ਭਗਤ ਸਿੰਘ ਸ਼ਹੀਦ 4 ਸਾਲ ਹੋਰ ਜ਼ਿੰਦਾ ਰਹਿ ਜਾਂਦਾ ਔਰ ਇਸ ਚੀਜ਼ ਨੂੰ ਲੀਡ ਕਰ ਲੈਂਦਾ। ਬਲਕਿ ਆਪਾਂ ਇਸ ਟਾਈਮ ਉਹ ਮੌਕਾ ਨਹੀਂ ਹੈ ਇਹ ਚੀਜ਼ਾਂ ਡਿਸਕਸ ਕਰਨ ਦਾ ਕਿ ਉਸ ਵਕਤ ਦੇ ਜਿਹੜੀ ਪੋਲੀਟੀਕਲ ਜਿਹੜੀ ਸਾਡੇ ਇੱਥੋਂ ਦੇ ਲੀਡਰ ਸੀ, ਉਹ ਬੇਸ਼ੱਕ ਸਾਡੇ ਮੁਸਲਿਮ ਲੀਡਰ ਸੀ ਜਾਂ ਉੱਧਰ ਦੇ ਹਿੰਦੂ ਲੀਡਰ ਸੀ, ਉਹਦੇ ਤੋਂ ਖਾਇਫ ਨਜ਼ਰ ਆਉਂਦੇ ਆ, ਉਹਦੇ ਤੋਂ ਡਰਦੇ ਨਜ਼ਰ ਆਉਂਦੇ ਆ ਕਿ ਇਹ ਤਾਂ ਇਹ ਇਹਦੇ ਪਿੱਛੇ ਤਾਂ ਜਨਤਾ ਇੱਦਾਂ ਲੱਗ ਗਈ, ਸਾਡਾ ਕੀ ਬਣੂਗਾ, ਸਾਡੀ ਤਾਂ ਲੋਕ ਗੱਲ ਨਹੀਂ ਸੁਣਨਗੇ। ਇੱਦਾਂ ਦੇ ਵੀ ਉਸ ਟਾਈਮ ਦੀਆਂ ਗੱਲਾਂ, ਆਪਾਂ ਉਹਨਾਂ ਉਸ ਮੁੱਦੇ ਨੂੰ ਇਸ ਟਾਈਮ ਛੇੜਨਾ ਨਹੀਂ ਚਾਹੁੰਦੇ, ਲੇਕਿਨ ਇਹ ਬਿਲਕੁਲ ਇਹਦੇ ਉੱਤੇ ਲਿਖਿਆ ਜਾ ਚੁੱਕਿਆ ਕਿ ਜਿਹੜੀ ਉਸ ਟਾਈਮ ਦੇ ਜਿਹੜੇ ਸੋ ਕਾਲਡ ਪੋਲੀਟੀਕਲ ਲੀਡਰਸ਼ਿਪ ਸੀ ਇਸ ਇੰਡੋ ਪਾਕ ਜਿਹੜਾ ਹੁਣ ਇਸ ਟਾਈਮ ਹੈ, ਉਹ ਬਿਲਕੁਲ ਉਹਦੇ ਤੋਂ ਡਰੀ ਹੋਈ ਨਜ਼ਰ ਆਉਂਦੀ ਸੀ। ਨਹੀਂ ਨਹੀਂ ਬਿਲਕੁਲ ਬਿਲਕੁਲ, ਮੈਂ ਇੱਕ ਜ਼ਿਕਰ ਕਰਨਾ ਚਾਹੁੰਦਾ ਇਹਦੇ ਤੇ, ਚਮਲ ਲਾਲ ਨਾਂ ਦਾ ਇੱਕ ਕਾਂਗਰਸੀ ਸੀ ਜਿਹਨੇ ਉਸ ਵਕਤ ਸਭ ਤੋਂ ਪਹਿਲਾਂ ਬਿਆਨ ਦਿੱਤਾ, ਕਾਂਗਰਸ ਦਾ ਵਿਅਕਤੀ ਸੀ, ਉਹਨੇ ਕਿਹਾ ਵੀ ਇਹ ਪਾਗਲ ਪੰਥੀ ਆ ਭਗਤ ਸਿੰਘ ਹੋਣਾ ਦੀ, ਜਿਹੜੀ ਉਹਨਾਂ ਨੇ ਬੰਬ ਉੱਥੇ ਜਿਹੜਾ ਸੁੱਟਿਆ, ਜਿਹੜਾ ਮੁਜ਼ਾਹਰਾ ਕੀਤਾ ਇਹਦੇ ਤੋਂ ਬਾਅਦ 'ਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਨੂੰ ਜਿਹੜਾ ਉਹਨਾਂ ਦਾ ਇੱਕ ਕੇਸ ਲੜ ਰਿਹਾ ਸੀ, ਉਹ ਵੀ ਇੱਕ ਕਾਂਗਰਸੀ ਵਕੀਲ ਸੀ, ਉਹਨੂੰ ਉਹਨਾਂ ਨੇ ਕਿਹਾ ਵੀ ਉਹਨੂੰ ਜਾ ਕੇ ਦੱਸ ਦਿਓ ਚਮਨ ਲਾਲ ਨੂੰ ਵੀ ਅਸੀਂ ਪਾਗਲ ਨਹੀਂ ਹਾਂ। ਸੋ ਜਿਹੜੀ ਉਸ ਵਕਤ ਵੀ ਜਿਹੜੇ ਆਪਣੇ ਸਾਡੇ ਬੜਾ ਇੱਕ ਵੱਡਾ ਕਵੀ ਤੁਸੀਂ ਜਾਣਦੇ ਹੋਣੇ ਖੁਸ਼ਵੰਤ ਸਿੰਘ ਹੋਣਾ ਨੂੰ, ਖੁਸ਼ਵੰਤ ਸਿੰਘ ਦਾ ਜਿਹੜਾ ਬਾਪੂ ਸੀਗਾ ਸੋਭਾ ਸਿੰਘ, ਉਹ ਸਭ ਤੋਂ ਪਹਿਲਾਂ ਵਿਟਨੈਸ ਸੀਗਾ ਇਸ ਗੱਲ ਦਾ ਵੀ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਨੇ ਆਪਣੀ ਅੱਖੀਂ ਵੇਖਿਆ ਬੰਬ ਸੁੱਟਦਿਆਂ ਨੇ। ਮਤਲਬ ਜਿਹੜੀ ਸਾਡੀ ਉੱਥੇ ਉਸ ਵਕਤ ਦੀ ਜਨਤਾ ਸੀਗੀ, ਇੱਕ ਪਾਸੇ ਤੋਂ ਦੁਨੀਆਂ ਵਾਸਤੇ ਲੜ ਰਿਹਾ ਯੋਧਾ ਸੀ ਅਤੇ ਦੂਜੇ ਪਾਸੇ ਉੱਥੇ ਬਹੁਤ ਸਾਰੀ ਇਹਨਾਂ ਇੱਦਾਂ ਦੀ ਇਨਫੈਂਟਰੀ ਸੀ ਹਿੰਦੁਸਤਾਨੀਆਂ ਦੀ, ਜਿਹੜੀ ਜਿਹੜੀਆਂ ਚੱਪਲਾਂ ਚੱਟ ਰਹੀ ਸੀਗੀਆਂ ਬ੍ਰਿਟਿਸ਼ ਸਰਕਾਰ ਦੀਆਂ, ਜਿਹੜਾ ਬਕਾਇਦਾ ਮਿੰਟ ਦੀ ਮੁਖਬਰੀ ਜਿਹੜੀ ਆ ਉਹ ਬ੍ਰਿਟਿਸ਼ ਨੂੰ ਕਰਦੇ ਸੀਗੇ। ਸੋ ਆਪਾਂ ਉਹਦੇ ਵੱਲ ਜਾਣ ਦੀ ਬਜਾਏ ਇੱਕ ਆਪਾਂ ਆਪਣੇ ਕੋਲ 5-7 ਮਿੰਟ ਰਹਿੰਦੇ, ਆਪਾਂ ਇੱਕ ਚੀਜ਼ ਜਿਹੜੀ ਆ ਉਹਨਾਂ ਨੇ ਹੈ ਨਾ ਅਖੀਰ ਦੇ ਵਿੱਚ ਮਨੀਰ ਜੀ ਇੱਕ ਚੀਜ਼ ਲਿਖੀ ਆ ਜਿਹੜੀ ਆਪਾਂ ਆਪਣੇ ਸਰੋਤਿਆਂ ਨਾਲ, ਸਿਰਫ 4 ਲਾਈਨਾਂ ਆ ਉਹਨਾਂ ਨੇ ਕਿਹਾ ਉਹਦੇ ਵਿੱਚ ਬਈ ਹਰ ਚੀਜ਼ ਨੂੰ ਸਮਾਂ ਲੱਗਦਾ। ਉਹਨਾਂ ਨੇ ਕਿਹਾ ਵੀ ਇਨਕਲਾਬ ਬਾਰੇ ਜਵਾਨੀ ਵੇਲੇ ਦੇ ਸੁਪਨੇ ਕਿ 10 ਸਾਲਾਂ ਵਿੱਚ ਪ੍ਰਾਪਤ ਹੋ ਜਾਵੇਗਾ, ਲਾਂਭੇ ਰੱਖ ਦਿਓ। ਉਹਨਾਂ ਨੂੰ ਲੱਗਦਾ ਸੀ ਵੀ ਇੱਡੀ ਜਲਦੀ ਹੋਣ ਵਾਲਾ ਨਹੀਂ, ਜਿਵੇਂ ਗਾਂਧੀ ਦੇ 1 ਸਾਲ ਵਿੱਚ ਸਵਰਾਜ ਸੁਪਨੇ ਨੂੰ ਲਾਂਭੇ ਰੱਖਿਆ ਸੀ, ਇਸ ਲਈ ਨਾ ਤਾਂ ਜਜ਼ਬਾਤੀ ਹੋਣ ਦੀ ਲੋੜ ਹੈ ਅਤੇ ਨਾ ਹੀ ਸਰਲ ਹੋਣ ਦੀ, ਸਗੋਂ ਜ਼ਰੂਰਤ ਹੈ ਲਗਾਤਾਰ ਘੋਲ ਕਸ਼ਟ ਸਹਿਣ ਅਤੇ ਕੁਰਬਾਨੀ ਭਰਿਆ ਜੀਵਨ ਬਿਤਾਉਣ ਦੀ। ਆਪਣਾ ਨਿੱਜਵਾਦ ਪਹਿਲਾਂ ਖਤਮ ਕਰੋ, ਰੱਬ ਦੇਖੋ ਉਹਨਾਂ ਨੇ ਕਿਹਾ ਆਪਣਾ ਨਿੱਜਵਾਦ ਪਹਿਲਾਂ ਖਤਮ ਕਰੋ, ਨਿੱਜੀ ਆਰਾਮ ਦੇ ਸੁਪਨੇ ਲਾ ਕੇ ਇੱਕ ਪਾਸੇ ਰੱਖ ਦਿਓ ਅਤੇ ਫਿਰ ਕੰਮ ਸ਼ੁਰੂ ਕਰੋ, ਇੰਚ ਇੰਚ ਕਰਕੇ ਤੁਸੀਂ ਅੱਗੇ ਵਧੋਗੇ। ਇਸੇ ਲਈ ਹੌਸਲੇ, ਦ੍ਰਿੜਤਾ ਅਤੇ ਬਹੁਤ ਹੀ ਮਜ਼ਬੂਤ ਇਰਾਦੇ ਦੀ ਜ਼ਰੂਰਤ ਹੈ। ਇਹ ਇੱਕ ਸੰਦੇਸ਼ ਸੀਗਾ ਜਿਹੜਾ ਸ਼ਹੀਦ ਭਗਤ ਸਿੰਘ ਉਹਨਾਂ ਨੇ ਲੋਕਾਂ ਨੂੰ ਦਿੱਤਾ, ਔਰ ਅੱਜ ਵੀ ਉਹ ਪ੍ਰਸੰਗਕ ਆ ਜਦੋਂ ਲੋਕ ਜਜ਼ਬਾਤੀ ਹੋ ਕੇ ਜਾਂ ਝੱਟ ਰੋਟੀ ਪਟੱਕ ਦਾਲ ਭਾਲਦੇ ਆ ਵੀ ਹੁਣੇ ਹੋ ਜਾਣਾ ਚਾਹੀਦਾ, ਹੁਣੇ ਹੋਣਾ ਚਾਹੀਦਾ। ਤੁਹਾਡਾ ਜਿਹੜਾ ਨਜ਼ਰੀਆ, ਤੁਸੀਂ ਦੇਖੋ ਬਈ ਆਪਣੇ 70-75 ਸਾਲ ਦੇ ਬਟਵਾਰੇ ਤੋਂ ਬਾਅਦ ਇਹ ਸਾਡੀ ਤਰਾਸ਼ਦੀ ਆ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਇਸ ਜਿਹੜਾ ਸ਼ਹੀਦ ਭਗਤ ਸਿੰਘ ਆ ਹੁਣੀ ਆ ਜਾਂ ਉਹਨਾਂ ਦੇ ਬਾਕੀ ਦੇ ਜਿਹੜੇ ਸਮਕਾਲੀ ਉਸ ਵਕਤ ਦੇ ਲੋਕ ਆ ਵੀ ਕਿਵੇਂ ਬਦਲਿਆ ਰਾਜ, ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਚੀਜ਼ ਦੱਸਣੀ ਚਾਹੁੰਦਾ ਵੀ ਜਿਹੜਾ ਇੱਥੇ ਅਮੈਰੀਕਾ ਦੇ ਵਿੱਚੋਂ ਗਏ ਆਪਣੇ ਜਿਹੜੇ ਗਦਰ ਪਾਰਟੀ ਵਾਲੇ ਜਿੰਨੇ ਵੀ ਲੋਕ ਸੀਗੇ ਉਹਨਾਂ ਦੇ ਵਿੱਚ ਸੋਹਣ ਸਿੰਘ ਭਕਣਾ ਇੱਕ ਪ੍ਰਮੁੱਖ ਸੀ, ਸਰਦਾਰ ਸੋਹਣ ਸਿੰਘ ਭਕਣਾ, ਉਹ 1900 ਉਹਨਾਂ ਨੇ ਦੇਖੀ ਆਜ਼ਾਦੀ ਉਸ ਤੋਂ ਬਾਅਦ ਅਤੇ ਬੜੀ ਜਿਹੜੀ ਸਰੋਤਿਆਂ ਦੇ ਸੁਣਨ ਵਾਲੀ ਗੱਲ ਆ, ਉਹਨਾਂ ਨੇ ਇੱਕ ਆਪਣਾ ਮੇਰਾ ਕਿੱਦਾਂ ਇੱਕ ਕਿਤਾਬ ਲਿਖੀ, ਉਸ ਕਿਤਾਬ 'ਚ ਉਹਨਾਂ ਨੇ ਵਰਣਨ ਕੀਤਾ ਇਹ, ਉਹ ਕਹਿੰਦੇ ਵੀ ਮੈਂ 26 ਸਾਲ ਬ੍ਰਿਟਿਸ਼ ਰਾਜ ਦੀ ਜਿਹੜੀ ਜੇਲ੍ਹ ਕੱਟੀ ਅਤੇ ਉਹ ਹੁਣ 1948 ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਜੇਲ੍ਹ 'ਚ ਪਾਇਆ ਗਿਆ ਦੁਬਾਰਾ, ਜਿਹੜੇ ਸੋਹਣ ਸਿੰਘ ਭਕਣਾ ਹੋਣੀ ਜਿਨ੍ਹਾਂ ਨੇ ਬ੍ਰਿਟਿਸ਼ ਦੇ ਟਾਈਮ ਦੇ ਉੱਤੇ 26 ਸਾਲ ਜੇਲ੍ਹ ਕੱਟੀ।
ਜਦੋਂ ਜੇਲ੍ਹ 'ਚੋਂ 1951 'ਚ 3 ਸਾਲਾਂ ਬਾਅਦ ਜਦੋਂ ਸੋਹਣ ਸਿੰਘ ਭਕਣੇ ਹੁਣੀ ਵਾਪਸ ਜੇਲ੍ਹ ਤੋਂ ਪਰਤੇ ਤੋਂ ਉਹ ਉਹਨਾਂ ਦੀ ਜਿਹੜੀ ਕਮਰ ਸੀਗੀ ਉਹ ਝੁਕੀ ਹੋਈ ਸੀਗੀ ਅਤੇ ਉਹਨਾਂ ਨੇ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਬਾਬਾ ਜੀ ਤੁਹਾਡੀ ਕਮਰ ਕਿਉਂ ਝੁੱਕ ਗਈ ਤਾਂ ਉਹ ਕਹਿੰਦੇ ਵੀ ਮੈਂ 26 ਸਾਲ ਬ੍ਰਿਟਿਸ਼ ਰਾਜ ਦੀ ਜੇਲ੍ਹ ਕੱਟੀ ਮੈਨੂੰ ਉਹ ਕੋਡਾ ਨਾ ਕਰ ਸਕੀ ਉਹ ਮੈਨੂੰ ਨਾ ਝੁਕਾ ਸਕੀ ਜਿਹੜੀ ਸਾਡੇ ਜਿਹੜੇ ਆ ਕਾਲੇ ਰੰਗ ਦੇ ਜਿਹੜੇ ਅੰਗਰੇਜ਼ ਆ ਜਦੋਂ ਮੈਨੂੰ ਇਹਨਾਂ ਨੇ ਜੇਲ੍ਹ 'ਚ ਪਾਇਆ ਤਾਂ ਸੱਚਮੁੱਚ ਮੈਂ ਅੱਜ ਝੁੱਕ ਗਿਆ ਉਹਨਾਂ ਨੇ ਬੜੇ ਦਰਦਮਈ ਤਰੀਕੇ ਦੇ ਨਾਲ ਇਹ ਬਿਆਨ ਕੀਤਾ ਬਈ ਉਹ ਜਿਹੜੇ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਜੰਗਾਂ ਲੜੀਆਂ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਉਸ ਵਕਤ ਵੀ ਜਿਹੜੇ ਸਿਰਫ ਰੰਗ ਬਦਲਿਆ ਤਾਂ ਅਸਲ 'ਚ ਗੋਰੇ ਬਦਲੇ ਨਹੀਂ ਹੈਗੇ ਬਿਲਕੁਲ ਤੁਸੀਂ ਇਹ ਗੱਲ ਇਹ ਸਿਰਫ ਉੱਧਰ ਹੀ ਨਹੀਂ ਵਾਪਰਿਆ ਇਹ ਇੱਧਰ ਵੀ ਵਾਪਰਿਆ ਤੁਸੀਂ ਦੇਖੋ ਕਿ ਜਿਸ ਬੰਦੇ ਨੇ ਮੈਂ ਬਿਲਕੁਲ ਹੁਣ ਮੈਂ ਪਖਣਾ ਜੀ ਨੂੰ ਮੈਂ ਸਲਿਊਟ ਔਰ ਸਲਾਮ ਪੇਸ਼ ਕਰਦਾ ਉਹਨਾਂ ਦੀਆਂ ਬਲਕਿ ਸੋਸ਼ਲ ਮੀਡੀਆ 'ਤੇ ਜਿਹੜੀਆਂ ਤਸਵੀਰਾਂ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਉਹਨਾਂ ਦੀ ਕਮਰ ਜਿਹੜੀ ਹੈ ਉਹ ਚੁੱਕੀ ਹੋਈ ਹੈ ਬਿਲਕੁਲ ਉਹਨਾਂ ਨੇ ਇਹ ਸ਼ਬਦ ਬੋਲੇ ਸੀ ਕਿ ਮੈਨੂੰ ਅੰਗਰੇਜ਼ ਤਾਂ ਨਹੀਂ ਸੀ ਚੁਕਾ ਸਕਿਆ ਲੇਕਿਨ ਮੈਨੂੰ ਆਪਣਿਆਂ ਦੀ ਜਿਹੜੀ ਜੇਲ੍ਹ 'ਚ ਇਹਨਾਂ ਨੇ ਮੈਨੂੰ ਪਾਇਆ ਇਹਨੇ ਚੁਕਾ ਦਿੱਤੀ ਇੱਦਾਂ ਦਾ ਹੀ ਸੂਰਤ ਹਾਲ ਵਾਪਰੀ ਪਾਕਿਸਤਾਨ ਵਿੱਚ ਜਿਸ ਬੰਦੇ ਨੇ ਪਾਕਿਸਤਾਨ ਦਾ ਨਾਮ ਰੱਖਿਆ ਸੀ ਨਾ ਪਾਕਿਸਤਾਨ ਉਹਦਾ ਨਾਂ ਸੀ ਚੌਧਰੀ ਰਹਿਮਤ ਅਲੀ ਉਹ ਵੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੁਜਰ ਸੀ ਔਰ ਯੂਕੇ ਦੇ ਵਿੱਚ ਉਹ ਪੜ੍ਹਦੇ ਹੁੰਦੇ ਸੀ ਔਰ ਫਿਰ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਉਹ ਪਾਕਿਸਤਾਨ ਆਏ ਤਾਂ ਉਹਨਾਂ ਲਈ ਏਦਾਂ ਦਾ ਐਟਮੋਸਫੇਅਰ ਬਣਾ ਦਿੱਤਾ ਗਿਆ ਕਿ ਉਹਨਾਂ ਨੂੰ ਇਹ ਪਾਕਿਸਤਾਨ ਛੱਡਣਾ ਪੈ ਗਿਆ ਔਰ ਉਹ ਫਿਰ ਇੰਗਲੈਂਡ ਦੇ ਵਿੱਚ ਜਾ ਕੇ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਅੱਜ ਵੀ ਉਹਨਾਂ ਦੀ ਡੈਡ ਬਾਡੀ ਅਮਾਨਤਨ ਉੱਥੇ ਜਿਹੜੀ ਆ ਦਫ਼ਨ ਕੀਤੀ ਹੋਈ ਹੈ ਇਹ ਬਿਲਕੁਲ ਠੀਕ ਗੱਲ ਹੈ ਭਗਤ ਸਿੰਘ ਬਹੁਤ ਵਿਜ਼ਨਰੀ ਬੰਦਾ ਸੀ ਉਹਨੇ ਇਹੀ ਗੱਲ ਕਹੀ ਸੀ ਕਿ ਭਾਈ ਇਹ ਜਿਹੜੇ ਸਰਕਾਰ ਦੇ ਨੌਕਰਸ਼ਾਹੀ ਹੈ ਨਾ ਇਹ ਅਗਰ ਇਹਨਾਂ ਦੇ ਹੱਥ ਦੇ ਵਿੱਚ ਸਿਸਟਮ ਆ ਗਿਆ ਤੇ ਇਹਨਾਂ ਨੇ ਤੁਹਾਡੇ ਲਈ ਕੁਛ ਨਹੀਂ ਕਰਨਾ ਔਰ ਉਹੀ ਗੱਲ ਹੈ ਕਿ ਅੰਗਰੇਜ਼ ਦੇ ਟ੍ਰੇਨਡ ਕੀਤੇ ਹੋਏ ਲੋਕ ਹੈ ਉਹਨਾਂ ਦੀ ਬੋਲੀ ਬੋਲਣ ਵਾਲੇ ਅੱਜ ਵੀ ਉਹ ਉੱਥੋਂ ਬੈਠੇ ਇਹਨਾਂ ਦੀਆਂ ਡੋਰੀਆਂ ਹਿਲਾ ਰਹੇ ਉਹ ਭਾਵੇਂ ਸਾਡਾ ਕੰਟਰੀ ਹੈ ਭਾਵੇਂ ਤੁਹਾਡਾ ਕੰਟਰੀ ਹੈ ਅੱਜ ਯੂਰਪ ਅਮੈਰੀਕਾ ਪੂਰੀ ਦੁਨੀਆਂ ਨੇ ਆਪਸ ਦੇ ਵਿੱਚ ਖਾਸ ਤੌਰ ਤੇ ਯੂਰੋਪੀਅਨ ਕੰਟਰੀ ਦੀ ਮੈਂ ਮਿਸਾਲ ਦਿੰਦਾ ਕਿ ਉਹਨਾਂ ਨੇ ਆਪਸ 'ਚ ਐਗਰੀਮੈਂਟ ਕਰ ਲਏ ਕਿ ਅਸੀਂ ਜੰਗਾਂ ਨਹੀਂ ਲੜਨੀਆਂ ਅਸੀਂ ਅਮਨ ਸ਼ਾਂਤੀ ਨਾਲ ਰਹਿਣਾ ਇੱਕ ਦੂਸਰੇ ਨਾਲ ਬਾਰਡਰ ਖੋਲ ਦਿੱਤੇ ਹੈ ਲੇਕਿਨ ਫਰਾਂਸ ਕੀ ਕਰੀ ਜਾ ਰਿਹਾ ਇੰਡੀਆ ਨੂੰ ਉਹ ਇੱਕ ਜਿਹੜੇ ਫਾਈਟਰ ਵੇਚੀ ਜਾ ਰਿਹਾ ਇੱਧਰ ਪਾਕਿਸਤਾਨ ਨੂੰ ਵੀ ਮਿਰਾਜ ਤਿਆਰੇ ਵੇਚੀ ਜਾ ਰਿਹਾ ਅਸਲਾ ਸਾਜ਼ ਉਹ ਕੰਪਨੀਆਂ ਉਹਨਾਂ ਦੀਆਂ ਚੱਲ ਰਹੀਆਂ ਸਾਡੇ ਗਰੀਬ ਦੇਸ਼ਾਂ ਨੂੰ ਉਹ ਅਸਲੇ ਵੇਚੀ ਜਾ ਰਹੇ ਔਰ ਸਾਨੂੰ ਆਪਸ ਦੇ ਵਿੱਚ ਲੜਾਈ ਜਾ ਰਿਹਾ ਤੇ ਇੱਕ ਸੋਚ ਨੂੰ ਪ੍ਰਵੇਲ ਕਰਨਾ ਪੈਣਾ ਇੱਕ ਸੈਂਸੀਬਿਲਿਟੀ ਸ਼ੁੱਡ ਪ੍ਰਵੇਲ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਸੋਚਣਾ ਚਾਹੀਦਾ ਉਹ ਭਗਤ ਸਿੰਘ ਨੇ ਜਿਹੜਾ ਕਿਹਾ ਸੀ ਨਾ ਕਿ ਇਹ ਪੈਂਡਾ ਜਿਹੜਾ ਇਹ ਯਕਦਮ ਨਹੀਂ ਇਹ ਤੈਅ ਹੋਣਾ ਇਹ ਤਾਂ ਇੰਚ ਇੰਚ ਤੁਰ ਕੇ ਤੈਅ ਹੋਣਾ ਤੇ ਇਹ ਸਬਰ ਨਾਲ ਹੌਸਲੇ ਨਾਲ ਔਰ ਇੱਕ ਦੂਸਰੇ ਦੀ ਗੱਲ ਬਰਦਾਸ਼ਤ ਕਰਨ ਨਾਲ ਇਹ ਚੀਜ਼ ਜਿਹੜੀ ਹੈ ਅੱਗੇ ਵਧੇਗੀ ਔਰ ਅਗਰ ਅਸੀਂ ਅੱਜ ਵੀ ਉਹਦੀ ਜਿਹੜੀ ਸੋਚਧਾਰਾ ਉਹਦੀ ਵਿਚਾਰਧਾਰਾ ਦੀ ਪੈੜ ਨੂੰ ਨੱਪ ਲਈਏ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਹਾਲਾਤ ਕਿਸੇ ਹੱਦ ਤੱਕ ਬਿਹਤਰੀ ਵੱਲ ਜਾ ਸਕਦੇ ਆ ਲੇਕਿਨ ਲੱਗਦਾ ਨਹੀਂ ਹੈ ਕਿ ਅੱਜ ਦੇ ਦੌਰ 'ਚ ਕੋਈ ਭਗਤ ਸਿੰਘ ਸ਼ਹੀਦ ਵਰਗਾ ਵਿਜ਼ਨਰੀ ਲੀਡਰ ਮੈਨੂੰ ਨਾ ਉੱਧਰ ਨਜ਼ਰ ਆ ਰਿਹਾ ਤੇ ਦੁੱਖ ਵਾਲੀ ਗੱਲ ਹੈ ਕਿ ਨਾ ਸਾਡੀ ਸਾਈਡ ਵੱਲ ਨਜ਼ਰ ਆ ਰਿਹਾ ਕਿ ਜਿਹਦਾ ਇੰਨਾ ਵਿਜ਼ਨ ਹੋਵੇ ਕਿ ਉਹ 100 ਸਾਲ ਬਾਅਦ ਆਉਣ ਵਾਲੇ ਹਾਲਾਤ ਨੂੰ ਵੀ ਉਹ ਦੇਖ ਰਿਹਾ ਹੋਵੇ ਮਨੀਰ ਜੀ ਅੱਜ ਦੇ ਪ੍ਰੋਗਰਾਮ ਦਾ ਆਪਣਾ ਟਾਈਮ ਲਗਭਗ ਤਾਂ ਖਤਮ ਆ ਅਤੇ ਮੈਂ ਸਿਰਫ ਆਖਰੀ ਸਵਾਲ ਤੁਹਾਨੂੰ 1-2 ਮਿੰਟ 'ਚ ਚਾਹੁੰਦਾ ਤੁਸੀਂ ਉਹਦਾ ਆਨਸਰ ਕਰੋ ਕੀ ਲੱਗਦਾ ਹੈ ਵੀ ਜਿਹੜੀ ਭਾਰਤ ਅਤੇ ਪਾਕਿਸਤਾਨ ਦੀ ਆਵਾਮ ਆ ਜਿਹੜਾ 92 ਸਾਲ 100 ਸਾਲ ਪਹਿਲਾਂ ਜਿਹੜੀਆਂ ਗੱਲਾਂ ਇਸ ਧਰਤੀ 'ਤੇ ਵਾਪਰੀਆਂ ਕਿੱਥੇ ਟਪਲਾ ਖਾ ਗਈ ਆ ਜਨਤਾ ਵੀ ਜਿਹੜੀ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਤਾਂ ਕਰਦੀ ਆ ਪਰ ਉਹਨਾਂ 'ਤੇ ਅਮਲ ਕਰਨ ਤੋਂ ਬਿਲਕੁਲ ਕੋਰੀ ਹੈ ਜੀ ਬਹੁਤ ਅੱਛਾ ਸਵਾਲ ਕੀਤਾ ਦੇਖੋ ਸਾਨੂੰ ਸਾਡੇ ਦੋਨਾਂ ਦੇਸ਼ਾਂ ਮੇਜਰ ਪਾਕਿਸਤਾਨ ਔਰ ਇੰਡੀਆ ਔਰ ਪਾਕਿਸਤਾਨ ਤੋਂ ਟੁੱਟ ਕੇ ਅਲੱਗ ਹੋ ਕੇ ਬੰਗਲਾਦੇਸ਼ ਬਣਿਆ ਸਾਨੂੰ ਪਹਿਲੇ ਦਿਨ ਤੋਂ ਹੀ ਜਿਹੜੀ ਰੋਟੀ ਦੇ ਮਸਲੇ ਦੇ ਵਿੱਚ ਇੰਨਾ ਉਲਝਾ ਦਿੱਤਾ ਗਿਆ ਔਰ ਜਿਹੜਾ ਉਹ ਕਾਸਟ ਸਿਸਟਮ ਹੈ ਜਿਹੜਾ ਇੱਕ ਡਿਵੀਜ਼ਨਸ ਹੈ ਸੋਸਾਇਟੀ ਦੇ ਵਿੱਚ ਅਮੀਰ ਅਮੀਰ ਤਰ ਹੁੰਦਾ ਜਾ ਰਿਹਾ ਗਰੀਬ ਗਰੀਬ ਤਰ ਹੁੰਦਾ ਜਾ ਰਿਹਾ ਇਹ ਜਿਹੜੇ ਸਿਸਟਮ ਦੇ ਵਿੱਚ ਉਲਝਿਆ ਦੇਖੋ ਜਦੋਂ ਤੱਕ ਤੁਹਾਡੇ ਢਿੱਡ ਵਿੱਚ ਕੁਛ ਨਹੀਂ ਹੋਏਗਾ ਤੁਹਾਡੀ ਸੋਚ ਤੁਹਾਡੀ ਵਿਚਾਰਧਾਰਾ ਇੱਥੇ ਹੁਣ ਇਹ ਸਿਸਟਮ ਬਣਿਆ ਹੋਇਆ ਕਿ ਲੋਕ ਜਿੱਥੇ 100 ਰੁਪਏ ਦੇ ਬਦਲੇ ਆਪਣਾ ਵੋਟ ਵੇਚ ਦਿੰਦੇ ਉਹਨਾਂ ਨੂੰ ਆਪਣੇ ਵੋਟ ਦੀ ਤਾਕਤ ਦਾ ਇਲਮ ਨਹੀਂ ਹੈ ਤੋ ਇਸ ਕਰਕੇ ਸਾਡਾ ਜਿਹੜਾ ਇਹ ਅੰਗਰੇਜ਼ ਦਾ ਜਿਹੜਾ ਨੌਕਰਸ਼ਾਹੀ ਨਿਜ਼ਾਮ ਔਰ ਅਫਸਰਸ਼ਾਹੀ ਨਿਜ਼ਾਮ ਸੀ ਇਹਨੇ ਇਸ ਕਿਸਮ ਦੇ ਪੰਜੇ ਗੱਡ ਕੇ ਔਰ ਸ਼ਿਕੰਜੇ ਗੱਡ ਕੇ ਔਰ ਅਸੀਂ ਇੰਪੀਰੀਅਲਿਜ਼ਮ ਵੱਲ ਔਰ ਕੈਪੀਟਲਿਜ਼ਮ ਵੱਲ ਇੰਨੀ
ਬੁਰੇ ਤਰੀਕੇ ਨਾਲ ਉਹਦੇ ਵਿੱਚ ਫਸ ਚੁੱਕੇ ਹਾਂ ਕਿ ਸਾਡੀ ਜਨਤਾ ਗਰੀਬ ਲੋਕਾਂ ਨੂੰ ਰੋਟੀ ਰੋਜ਼ੀ ਦੇ ਫੰਦਿਆਂ ਦੇ ਵਿੱਚ ਐਸਾ ਫਸਾ ਦਿੱਤਾ ਗਿਆ ਕਿ ਨਾ ਇਹਦੇ ਤੋਂ ਬਾਹਰ ਆਉਣ, ਨਾ ਇਹਦੇ ਤੋਂ ਬਾਹਰ ਆਉਣਗੇ ਤਾਂ ਕੋਈ ਅਗਲੀ ਸੋਚ ਸੋਚਣਗੇ ਸਾਨੂੰ ਕੋਈ ਚੇਂਜ ਕਰਨ ਦਾ ਜਾਂ ਸਾਡੇ ਬਾਰੇ 'ਚ ਕੋਈ ਸੋਚਣਗੇ, ਤਾਂ ਉਹ ਸਾਨੂੰ ਉੰਨੀ ਕੁ ਰੋਟੀ ਤਾਂ ਦੇ ਰਹੇ ਆ ਕਿ ਜਿਹਦੇ ਨਾਲ ਅਸੀਂ ਜ਼ਿੰਦਾ ਰਹਿ ਕੇ ਔਰ ਕੋਹਲੂ ਦੇ ਬੈਲ ਤਰ੍ਹਾਂ ਉਹਨਾਂ ਦੇ ਲਈ ਅਸੀਂ ਅਨਾਜ ਪੈਦਾ ਕਰ ਰਹੇ ਹਾਂ, ਉਹਨਾਂ ਲਈ ਅਸੀਂ ਕਪਾਹ ਪੈਦਾ ਕਰ ਰਹੇ ਹਾਂ, ਉਹਨਾਂ ਦੀ ਸਹੂਲਤਾਂ ਅਸੀਂ ਪੈਦਾ ਕਰ ਰਹੇ ਹਾਂ, ਲੇਕਿਨ ਉਹ ਸਾਨੂੰ ਇੰਨਾ ਨਹੀਂ ਹੋਣ ਦੇ ਰਹੇ ਕਿ ਅੱਜ ਅਸੀਂ ਆਪਣੇ ਲਈ ਕੁਛ ਕਰ ਸਕੀਏ ਜਾਂ ਆਪਣੇ ਆਉਣ ਵਾਲੀਆਂ ਨਸਲਾਂ ਲਈ ਕੁਛ ਕਰ ਸਕੀਏ। ਇੱਕ ਖਾਸ ਤਦਾਦ ਦੇ ਵਿੱਚ ਅਸੀਂ ਫਿਰ ਉਹ ਬਾਬੂ ਔਰ ਉਹ ਕਲੈਰੀਕਲ ਸਟਾਫ ਤਾਂ ਪੈਦਾ ਕਰੀ ਜਾ ਰਹੇ ਹਾਂ, ਲੇਕਿਨ ਉਹ ਜਿਹੜੇ ਦਿਮਾਗ ਪੈਦਾ ਹੋਣੇ ਸੀ, ਜਿਹੜੇ ਬ੍ਰੇਨ ਪੈਦਾ ਹੋਣੇ ਸੀ, ਜਿਨ੍ਹਾਂ ਨੇ ਇਸ ਇਲਾਕੇ ਦੀ ਹਾਲਤ ਨੂੰ ਬਦਲਣਾ ਸੀ, ਲੋਕਾਂ ਦੀ ਵਿਚਾਰਧਾਰਾ ਨੂੰ ਬਦਲਣਾ ਸੀ, ਇੱਕ ਇਨਕਲਾਬ ਬਰਪਾ ਹੋਣਾ ਸੀ, ਉਹਦੇ ਵੱਲ ਸਾਨੂੰ ਜਾਣ ਹੀ ਨਹੀਂ ਦਿੱਤਾ ਗਿਆ। ਸਾਨੂੰ ਸੱਚੀ ਮਾਨਿਆਂ ਦੇ ਵਿੱਚ ਕਿਹਾ ਜਾਏ ਕਿ ਕੋਈ ਲੀਡਰ ਮਿਲਿਆ ਹੀ ਨਹੀਂ, ਦੋਨਾਂ ਸਾਈਡਾਂ ਦੇ ਉੱਤੇ ਮੈਂ ਕਹਿ ਸਕਦਾ ਕਿ ਕੋਈ ਐਸਾ ਲੀਡਰ ਨਹੀਂ ਮਿਲਿਆ ਕਿ ਜਿਹੜਾ ਇਸ ਪੂਰੇ ਖਿੱਤੇ ਨੂੰ ਲੀਡ ਕਰਦਾ। ਮੈਂ ਅੱਜ ਵੀ ਕਹਿੰਦਾ, ਮੈਂ ਇਸ ਤੋਂ ਉਤਲੀ ਗੱਲ ਕਰਨਾ ਕਿ ਅਗਰ ਅੱਜ ਵੀ ਇਸ ਪੂਰਾ ਏਰੀਆ ਜਿਹਨੂੰ ਸਭ ਕੰਟੀਨੈਂਟ ਕਹਿੰਦੇ ਆ, ਇਹਦੇ ਹਾਲਾਤ ਬਦਲਣੇ ਆ, ਤੇ ਇਹਦੇ ਹਾਲਾਤ ਉਦੋਂ ਬਦਲਣੇ ਆ ਜਦੋਂ ਇੰਡੀਆ ਨੇ ਇਸ ਨੂੰ ਲੀਡ ਕਰਨਾ, ਉਹਨੂੰ ਸ੍ਰੀਲੰਕਾ, ਪਾਕਿਸਤਾਨ, ਭੂਟਾਨ, ਬੰਗਲਾਦੇਸ਼ ਨੂੰ ਨਾਲ ਲੈ ਕੇ ਚੱਲਣਾ ਪੈਣਾ, ਫਿਰ ਹਾਲਾਤ ਬਦਲਣਗੇ। ਜਦੋਂ ਆਪਣੀ ਆਪਣੀ ਲੜਾਈ ਔਰ ਇੱਕ ਦੂਸਰੇ ਦੇ ਨਾਲ ਲੜਾਈਆਂ ਹੋਣਗੀਆਂ, ਤੇ ਫਿਰ ਉਹ ਹੀ ਅੰਗਰੇਜ਼ ਡਿਵਾਈਡ ਐਂਡ ਰੂਲ ਵਾਲਾ ਜਿਹੜਾ ਸਿਸਟਮ ਹੈ ਉਹ ਅਜੇ ਵੀ ਚੱਲ ਰਿਹਾ। ਉਹਨਾਂ ਦੀ ਅਸੀਂ ਇੱਕ ਮੰਡੀ ਬਣੇ ਹੋਏ ਹਾਂ, ਉਹ ਜੰਗੀ ਸਮਾਨ ਸਾਨੂੰ ਵੇਚੀ ਜਾ ਰਿਹਾ ਹੈ, ਆਪ ਉਹ ਬਿਹਤਰੀਨ ਜ਼ਿੰਦਗੀਆਂ ਇੰਜੋਏ ਕਰ ਰਹੇ, ਬਾਰਡਰ ਖੋਲ ਦਿੱਤੇ, ਜੰਗਾਂ ਨਹੀਂ ਕਰ ਰਹੇ, ਲੇਕਿਨ ਸਾਨੂੰ ਉੱਧਰ ਵੀ ਫਾਈਟਰ ਜਹਾਜ਼ ਬਣਾ ਬਣਾ ਕੇ ਦੇਈ ਜਾ ਰਹੇ ਹੋ, ਰਾਫੇਲ ਵੀ ਦੇਈ ਜਾ ਰਿਹਾ, ਸਾਨੂੰ ਮਿਰਾਜ ਤਿਆਰੇ ਬਣਾ ਬਣਾ ਕੇ ਦੇਈ ਜਾ ਰਿਹਾ। ਤੋ ਇਹ ਅਸੀਂ ਉਸ ਚੁੰਗਲ ਦੇ ਵਿੱਚ ਜਦੋਂ ਤੱਕ ਫਸੇ ਹਾਂ, ਜਦੋਂ ਤੱਕ ਸਾਡੀ ਸੋਚ ਇਹਦੇ ਤੋਂ ਬਾਹਰ ਨਹੀਂ ਆਣੀ, ਉਨੀ ਦੇਰ ਤੱਕ ਕੋਈ ਵੱਡੀ ਤਬਦੀਲੀ ਇੱਥੇ ਨਜ਼ਰ ਆਉਂਦੀ, ਮੇਰੇ ਵਰਗੇ ਬੰਦੇ ਇੱਕ ਕਾਮਨ ਮੈਨ ਨੂੰ ਨਜ਼ਰ ਨਹੀਂ ਆ ਰਹੀ ਜੀ। ਹਾਂ, ਗੱਲ ਤਾਂ ਤੁਹਾਡੀ ਠੀਕ ਆ, ਪਰ ਦੂਜੇ ਪਾਸੇ ਜਦੋਂ ਅਸੀਂ ਭਾਰਤ ਵਾਲੇ ਪਾਸੇ ਵੇਖਦੇ ਹਾਂ, ਉੱਥੋਂ ਦੇ ਜਿਹੜੇ ਲੀਡਰ ਆ, ਤਾਂ ਉਹਨਾਂ ਨੇ ਤਾਂ ਖੁਦ ਕੌਮ ਨੂੰ ਅਜੇ ਤੱਕਰ ਵੀ ਜਿਹੜੇ ਧਾਰਮਿਕ ਨਾਅਰਿਆਂ ਦੀ ਰੰਗਤ ਵਿੱਚ ਰੰਗਿਆ ਹੋਇਆ, ਉਹ ਉੱਤੇ ਆਪਸ ਵਿੱਚ ਲੋਕਾਂ ਨੂੰ ਮਜ਼ਹਬ ਦੇ ਨਾਂ 'ਤੇ ਲੜਾਈ ਜਾਂਦੇ ਆ, ਅਤੇ ਅਜਿਹੇ ਹਾਲਤ ਦੇ ਵਿੱਚ ਜਿਹੜਾ ਭਗਤ ਸਿੰਘ ਦਾ ਸੁਪਨਾ ਜਿਹੜਾ ਆ, ਜਿਹੜਾ ਸ਼ਹੀਦ ਭਗਤ ਸਿੰਘ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਜਿਹੜਾ ਅੱਜ ਦੁਨੀਆ ਭਰ ਦੇ ਵਿੱਚ, ਜੇ ਭਾਰਤ ਦਾ ਕਿਹੜਾ ਹਿੱਸਾ ਆ ਜਿੱਥੇ ਅੱਜ ਸ਼ਹੀਦ ਭਗਤ ਸਿੰਘ ਦਾ ਨਾਂ ਨਹੀਂ ਲਿਆ ਗਿਆ, ਹਰ ਵਰਗ ਨੇ ਲਿਆ, ਪਰ ਉਹਦੇ ਉਹਨੂੰ ਅਸਲੀ ਜਾਮਾ ਕੌਣ ਪਹਿਨਾਊਗਾ, ਜਦੋਂ ਕਿ ਜਿਹੜੇ ਉਹਨੂੰ ਜਿਹੜੇ ਨਾਮ ਲੈਣ ਵਾਲੇ ਆ, ਜਿਹੜੇ ਉਹਨਾਂ ਦੀਆਂ ਗੱਲਾਂ ਕਰਦੇ ਆ, ਉਹ ਸਾਰੇ ਜੋ ਸ਼ਹੀਦ ਭਗਤ ਸਿੰਘ ਹੋਣਾ ਨੇ ਉਸ ਵਕਤ ਕਿਹਾ ਸੀ, ਜਦੋਂ ਅੱਜ ਤੋਂ 92 ਸਾਲ ਪਹਿਲਾਂ, ਉਹਨੂੰ ਉਹਦੇ ਲਾਗਿਓਂ ਸਾਗਿਓਂ ਦੇ ਨਹੀਂ ਲੰਘਦੇ ਲੋਕ, ਇਹ ਕਿਵੇਂ ਪੋਸੀਬਲ ਕਿਵੇਂ ਹੈਗਾ, ਜਿਹੜਾ ਜਿਸ ਦੇਸ਼ ਤੋਂ ਆਪਾਂ ਆਸ ਰੱਖਦੇ ਹਾਂ ਵੀ ਇਹ ਦੇਸ਼ ਸ਼ਾਇਦ ਲੀਡ ਕਰੇ, ਉਸ ਦੇਸ਼ ਦੀ ਲੀਡਰਸ਼ਿਪ ਤਾਂ ਅਜੇ ਵੀ ਜਿਹੜਾ ਹਿੰਦੂਤਵ ਪੱਤਾ ਖੇਡਦੀ ਆ, ਅਜੇ ਵੀ ਉੱਥੇ ਬੰਗਾਲ ਦੀਆਂ ਸਾਡੇ ਇਲੈਕਸ਼ਨਾਂ ਹੋ ਰਹੀਆਂ ਆ, ਉੱਥੇ ਉਹਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ। ਮੈਂ ਕਹਿੰਦਾ ਕਿ ਪਹਿਲੀ ਦਫਾ ਇਸ ਤਰ੍ਹਾਂ ਹੋਇਆ ਕਿ ਪਾਕਿਸਤਾਨ ਦੇ ਵਿੱਚ ਇੱਕ ਸੈਂਸੀਬਲ ਲੀਡਰ ਨੇ ਆ ਕੇ ਕਮਾਂਡ ਸੰਭਾਲੀ ਹੈ, ਜਿਹਦਾ ਨਾਂ ਇਮਰਾਨ ਖਾਨ ਹੈ ਜੀ, ਔਰ ਇੰਨਾ ਵੱਡਾ ਇਨੀਸ਼ੀਏਟਿਵ ਲਿਆ। ਹੁਣ ਇਮਰਾਨ ਖਾਨ ਔਰ ਸਾਡੀ ਮਿਲਟਰੀ ਦੇ ਪਿਛਲੇ ਇੱਕ ਮਹੀਨੇ ਦੇ ਤੁਸੀਂ ਜਿਹੜੇ ਬਿਆਨ ਹੈ ਉਹ ਸੁਣ ਲਓ। ਸਾਡੀ ਮਿਲਟਰੀ ਬਿਆਨ ਦੇ ਰਹੀ ਹੈ ਕਿ ਅਸੀਂ ਇੰਡੀਆ ਨਾਲ ਇੱਕ ਬਿਹਤਰ ਰਿਲੇਸ਼ਨਸ਼ਿਪ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਡੇ ਲੋਕਾਂ ਦੀ ਹਾਲਤ ਬਦਲੇ। ਇੰਨਾ ਵੱਡਾ ਇਨੀਸ਼ੀਏਟਿਵ ਇਮਰਾਨ ਖਾਨ ਨੇ ਲਿਆ ਕਿ ਉਹਨੇ ਜਿਹੜਾ ਕਰਤਾਰਪੁਰ ਕੋਰੀਡੋਰ ਨੂੰ ਖੋਲ ਦਿੱਤਾ। ਹੁਣ ਅਗਰ ਇੰਨਾ ਹੀ ਅੱਛੇ ਸਟੈਪ ਉਧਰੋਂ ਵੀ ਲਏ ਜਾਂਦੇ ਤਾਂ ਇਹ ਤਾਂ ਮਸਲਾ ਕਿਸੇ ਹੱਦ ਤੱਕ ਜਦੋਂ ਪੀਪਲ ਟੂ ਪੀਪਲ ਕੰਟੈਕਟ ਹੁੰਦਾ, ਜਦੋਂ ਆਮ ਲੋਕ ਇੱਕ ਦੂਸਰੇ ਮੁਲਕਾਂ ਦੇ ਮਿਲਦੇ ਆ, ਤਾਂ ਫਿਰ ਤਬਦੀਲੀ ਇੱਕ ਰੂਨਮਾ ਹੁੰਦੀ, ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਭਰਮ, ਡਰ, ਸਹਿਮ ਬਣੇ ਹੁੰਦੇ ਉਹ ਦੂਰ ਹੁੰਦੇ। ਉਹ ਹੁਣ ਉੱਧਰ ਦੀ ਸਰਕਾਰ, ਖਾਸ ਤੌਰ ਤੇ ਮੈਂ ਕਹਾਂਗਾ ਕਿ ਮੋਦੀ ਸਰਕਾਰ ਬਿਲਕੁਲ ਨਹੀਂ ਚਾਹੁੰਦੀ ਕਿ ਲੋਕਾਂ ਦਾ ਪੀਪਲ ਟੂ ਪੀਪਲ ਜਿਹੜਾ ਕੰਟੈਕਟ ਹੋਵੇ, ਔਰ ਜਿਹੜਾ ਇੱਕ ਭਰਮ ਬਣਾਇਆ ਜੀ ਪਾਕਿਸਤਾਨੀ ਏਦਾਂ ਦੇ ਜੀ, ਉੱਥੇ ਬੰਬ ਚੱਲ ਰਹੇ ਆ, ਉੱਥੇ ਪਤਾ ਨੀ ਕੀ ਹੋ ਰਿਹਾ, ਔਰ ਉੱਥੇ ਆਤੰਕਵਾਦ ਹੈ, ਉੱਥੇ ਤਾਲਿਬਾਨ ਹੈ। ਜਦੋਂ ਉਹ ਲੋਕ ਆ ਕੇ ਦੇਖਦੇ ਆ, ਔਰ ਸਾਡੀ ਮੋਟਰਵੇਜ ਦੇ ਉੱਤੇ ਸਫ਼ਰ ਕਰ ਰਹੇ ਹੁੰਦੇ, ਔਰ ਖਾਸ ਤੌਰ ਤੇ ਜਿਹੜੇ ਸਿੱਖ ਵੀਰ ਆਉਂਦੇ, ਔਰ ਪੰਜ ਗੁਰਦੁਆਰਾ ਸਾਹਿਬ ਨੂੰ ਫਿਰਦੇ, ਲਾਹੌਰ ਤੋਂ ਜਿਹੜਾ ਪੰਜਾ ਸਾਹਿਬ ਹੈ ਉਹ 550 ਕਿਲੋਮੀਟਰ ਆ, ਉਹ ਜਦੋਂ ਟਰੈਵਲ ਕਰਦੇ ਉਹ ਦੇਖਦੇ ਕਿ ਸਾਨੂੰ ਤਾਂ ਬਿਲਕੁਲ ਇੱਕ ਮੀਡੀਆ ਔਰ ਸਾਡੀ ਸਰਕਾਰ ਕੁਛ ਹੋਰ ਦਿਖਾਉਂਦੀ, ਉਹ ਪਤਾ ਨੀ ਕਿਹੜਾ ਪਾਕਿਸਤਾਨ ਹੈ। ਅਸੀਂ ਵੀ ਉਹਨਾਂ ਨੂੰ ਸਵਾਲ ਕਰਦੇ ਹਾਂ ਵੀ ਸਾਨੂੰ ਵੀ ਉਹ ਪਾਕਿਸਤਾਨ ਦੇ ਦਿਖਾਇਆ ਜਾਏ। ਦੇਖੋ ਜਿੰਨੇ ਅੱਛੇ ਫੈਸਲੇ ਪਿਛਲੇ 2-2.5 ਸਾਲ ਵਿੱਚ ਪਾਕਿਸਤਾਨ ਵੱਲੋਂ ਲਏ ਗਏ ਹੈ, ਅਗਰ ਇੱਧਰ ਉੱਧਰੋਂ ਵੀ ਇੰਨਾ ਹੀ ਅੱਛਾ ਔਰ ਪੋਜ਼ਿਟਿਵ ਰਿਸਪਾਂਸ ਇੱਧਰ ਆ ਜਾਂਦਾ ਤਾਂ ਅਸੀਂ ਬਹੁਤ ਸਾਰੇ ਜਿਹੜੇ ਆ ਮਸਲੇ ਉਹ ਹੱਲ ਹੋ ਸਕਦੇ ਸੀ। ਮੈਂ ਫਿਰ ਆਪਣੀ ਗੱਲ ਨੂੰ ਦੁਹਰਾਵਾਂਗਾ ਕਿ ਇੰਡੀਆ ਇੱਕ ਬਹੁਤ ਵੱਡਾ ਕੰਟਰੀ, ਸਭ ਤੋਂ ਵੱਡੀ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦਾ,
और उत्थे एक अच्छी लीडरशिप आनी चाहिए कि पूरी दुनिया का फेस बने और पूरे इस खिते नू, इस सब कंटीनेंट नू लीड करके चले। और साडे कोल तां इन्ना ज्यादा पोटेंशियल है जिहड़े असीं नैचुरल रिसोर्सिज नाल माला माल हाँ, साडे कोल इन्ने वधिया मौसम है, साडी इन्नी वधिया खेती है। ब्रिटिश अज तो कोई 200 साल पहले इस एरिए नू सोने की चिड़िया कहिंदा सी, तो वह असी वह सब कुछ हो सकता, लेकिन होना इस सेंस दे विच ही है जदों असी अपने हथियार रख के साइड वल हो के और अपने मुल्क दे लोगां दी, देखो 1.5 अरब बंदा इंडिया दे विच रहिंदा, 25 करोड़ पाकिस्तान च रहिंदा, 1.5 पौने 2 अरब बंदा, तो यही जिहड़ा असी इन्हां लई कुछ कर सकीए, इन्हां लई कुछ करांगे तो बाकी मुल्क भी साडे नाल शामिल होणगे और यकीनन असी बेहतरी वल जा सकदे आ। जी शहीद दा वी पैगाम सी कि यह जी नौकरशाही है ये इन्हें कुछ नहीं करना, सानू आप ही कुछ करना पैना, तो वह यही है तरीका कि उस पैगाम नू अगे लैके चलीए, भगत सिंह शहीद के पैगाम नू अगे लैके चलीए और सेंसिबिलिटी जी है वह दोनों मुल्कों के विच प्रिवेल करे। और इंशाला मैं उम्मीद करता कि हुण जिहड़े उत्थों दे इंडिया के लोग है वह आने वाले चोणां दे विच कोई अच्छा फैसला करनगे और साडे भी इधरों सरकार अच्छे स्टैप लेगी और साडे हालात यकीनन बदलणगे। सानू इत्थों मेरे घर तो जिहड़ा इस टाइम अमृतसर है वह महज 45 किलोमीटर दे फासले ते आ, मैनूं उत्थों चीज लैणी सौखी है या मैनूं ओह जाके दुबई तों चीजां लैणियां सौखियां, तो इह सारियां चीजां दे लई इक वड्डे हौसले दा और एक करेज दिखानी जिहड़ी तनखा ने दिखाई, और उधरों भी कोई ऐसा लीडर होना चाहिए जिहड़ा इन्नी वड्डी करेज दिखावे, तां हालात यकीनन बदल सकदे आ और बदलण लई असीं तैयार हाँ और उधर की जनता भी तैयार है, साडा पीपल टू पीपल कॉन्टैक्ट है, उधर के लोग भी तैयार है, लेकिन उधर एक अच्छी लीडरशिप की यकीनन बड़ी शदीद जरूरत है। जी तैनू खबर मिल गई हुणे वी भारतीय सरकार ने जिहड़े आ रहा अपने विसाखी वाला प्रोग्राम है उहदे वास्ते विजय जिहड़े आ उहदे वास्ते कहता भी हाँ तुसीं जा सकदे हो। मैं पिछले जिहड़े सवेरे साडा प्रोग्राम आ जिहड़ा अपने हरमेशा शारपुरी नाल आपां करदे उहदे च इस गल दा जिक्र कीता सीगा कि वी पिछली वारी जदों ननकाणा साहब शताब्दी दे उत्ते उन्होंने खड़े पैर जवाब देता सी भी नहीं उत्थे करोना है दिस एंड उत्थे सेफ्टी रीजन दा करके तुसी नहीं जा सकते, पर देखो कुछ नहीं बदलिया सगा करोना पीक ते आ गया। हुण इस वार सरकार क्योंकि सरकारां दे कोल कोई चजदा सिद्धा कोई प्रोग्राम दिखाई दिंदा ही नहीं, तो इस वार उन्होंने कहता हाँ जी तुसी जा सकते हो, क्योंकि ये पता नहीं सिखां दा जां जिहड़ियां सिख जथेबंदियां जां अपने अर्गे लोग जिहड़े ने उस वक्त भी विरोध किया इस गल दा शायद उहदा करके आ, तो जां उन्हां दी कोई आपदी अंदरूनी पॉलिसी आ। इस वार मोदी सरकार ने विसाखी दे जिहड़े प्रोग्राम आ उहनां ते जथिआं नूं जाण दी इजाजत दे दित्ती है। हैलो जी मेरी जी आ रही आवाज ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ ਜੀ ਜੀ ਅੱਛਾ ਤੁਸੀਂ ਕਹਿ ਰਹੇ ਕਿ ਇੰਡੀਅਨ ਸਰ ਨੇ ਪਰਮਿਸ਼ਨ ਦੇ ਦਿੱਤੀ ਵਿਸਾਖੀ ਤੇ ਜਾਣ ਦੀ ਜੀ ਜੀ ਤਾਂ ਹੁਣ ਤੁਸੀਂ ਦੇਖੋ ਕਿ ਅਜੇ ਵੀ ਇਹ ਬਹੁਤ ਅੱਛਾ ਫੈਸਲਾ, ਅਗਰ ਇਦਾਂ ਹੋਇਆ ਤਾਂ ਬਹੁਤ ਅੱਛਾ ਫੈਸਲਾ, ਲੇਕਿਨ ਮੈਨੂੰ ਡਰ ਹੈ ਕਿ ਅਜੇ ਵੀ ਵਿਸਾਖੀ ਦੇ ਜੱਥੇ ਆਉਣ ਦੇ ਵਿੱਚ 15 ਦਿਨ ਪਏ ਹੈ और बिल्कुल एंड टाइम दे उत्ते कोई इस फैसले नू जड़ा वो चेंज ना हो जाए, मैनू बिल्कुल इस चीज़ दा डर अजे भी हैगा और मैं एक्सपेक्ट कर रहा कि वो कोई इदां दा फैसला और डिसीजन आ सकदा। साडी सरकार ने जिन्हां इलाकियां दे विच करोना फैलिया होया सी आपां अज गल नहीं कर पाए करांगे नैक्सट परसों वाले प्रोग्राम दे विच, उत्थे बड़ा अच्छा लॉकडाउन कर दिता और जिहड़ी वैक्सीनेशन है 60 साल तो उत्ते वाले बंदियां दी तकरीबन हो चुकी है और करोना जिन्नी तेजी नाल फैल रहा सी स्कूल कॉलेजेस बंद करके असीं उम्मीद करदे आं कि जिहड़ी अगले 4-5 दिन दे विच जिहड़ी है फिर उहदे उत्ते पहले तरह ही कंट्रोल कर लिया जाएगा। अगर ये इंडियन सरकार ने फैसला किया तो मैं इहदे विच कोई डाउट नहीं रखता और मैं इंडियन सरकार दे इस फैसले नू मैं एप्रीशिएट करदा और बिल्कुल होना चाहिए और उस जत्थे नू आना चाहिए और असी वेलकम करन लई उहनूं वागे दे उत्ते फुल्लां दे हार लैके असी खड़े होवांगे जी। जी मनेर जी बड़ी मेहरबानी तुहाडी, अज दे प्रोग्राम दा समां आपणा इत्थे ही समाप्त हुंदा, आपां फिर थर्सडे मिलदे हां, तद तक लिए इजाजत, सलाम अलैकुम, सत श्री अकाल जी, वालेकुम असलाम और सत श्री अकाल जी।